ਹਰਬੰਸ਼ ਸ਼ੌਂਕੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹੈ ਤੰਦਰੁਸਤੀ। ਇਸ ਪ੍ਰੋਗਰਾਮ ਵਿੱਚ ਕੰਚੀ ਟੀਵੀ ਨੂੰ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ, ਬੜੇ ਪਿਆਰ ਸਤਿਕਾਰ ਅਦਬ ਦੇ ਨਾਲ ਜੀ ਆਇਆਂ ਨੂੰ। ਪਿਆਰੇ ਦਰਸ਼ਕੋ, ਇਸ ਪ੍ਰੋਗਰਾਮ ਦੇ ਸਭ ਤੋਂ ਪਹਿਲਾਂ ਮੈਂ ਉਸ ਰੱਬ ਅੱਗੇ ਇਹ ਬੇਨਤੀ ਕਰਦਾ ਕਿ ਤੁਸੀਂ ਤੰਦਰੁਸਤ ਰਹੋ, ਸਾਡੀਆਂ ਇਹ ਦੁਆਵਾਂ। ਪਰ ਸਾਡੀ ਰੋਜ਼ ਦੀ ਜ਼ਿੰਦਗੀ ਦੇ ਵਿੱਚ ਸਾਡੇ ਖਾਣ ਪੀਣ ਦੇ ਨਾਲ, ਰਹਿਣ ਬਹਿਣ ਦੇ ਨਾਲ ਸਾਡੇ ਸਰੀਰ ਦੇ ਵਿੱਚ ਕੋਈ ਨਾ ਕੋਈ ਨਵੀਂ ਤਬਦੀਲੀ ਆਉਂਦੀ ਹੈ। ਜੇ ਉਹ ਤਬਦੀਲੀ ਤੁਹਾਨੂੰ ਇਹ ਮਹਿਸੂਸ ਹੋਵੇ ਕੋਈ ਸਾਨੂੰ ਕੋਈ ਤਕਲੀਫ ਹੋ ਰਹੀ ਹੈ ਤਾਂ ਸਮਝੋ ਤੁਹਾਡੇ ਸਰੀਰ ਦੇ ਵਿੱਚ ਕੋਈ ਨੁਕਸ ਪੈ ਰਿਹਾ। ਉਸ ਨੁਕਸ ਨੂੰ ਆਪਾਂ ਜ਼ਿਆਦਾ ਨਾ ਵਧਾਈਏ, ਉਹਨੂੰ ਬਿਮਾਰੀ ਦੇ ਰੂਪ ਵਿੱਚ ਨਾ ਗ੍ਰਹਿਣ ਕਰੀਏ। ਅਤੇ ਆਓ, ਕੰਛੀ ਟੀਵੀ 'ਤੇ ਅਸੀਂ ਬਹੁਤ ਵੱਡਾ ਉਪਰਾਲਾ ਕੀਤਾ ਹੈ, ਸਾਡੇ ਨਾਲ ਹਰ ਹਫ਼ਤੇ ਮੰਡੇ ਵਾਲੇ ਦਿਨ ਐਸੇ ਹੀ ਸਮੇਂ ਦੇ ਉੱਤੇ ਡਾਕਟਰ ਵਲੀ ਜੀ ਦੁਬਈ ਤੋਂ ਜੁੜਦੇ ਨੇ। ਆਓ, ਸਭ ਤੋਂ ਪਹਿਲਾਂ ਤੰਦਰੁਸਤੀ ਨੂੰ ਰੱਖਣ ਵਾਸਤੇ ਉਹਨਾਂ ਦੀਆਂ ਸਲਾਹਾਂ, ਉਹਨਾਂ ਦੇ ਤਜਰਬੇ ਤੋਂ, ਉਹਨਾਂ ਦੇ ਅਨੁਭਵ ਤੋਂ ਕੋਈ ਫਾਇਦਾ ਲਈਏ। ਪਹਿਲੇ ਡਾਕਟਰ ਸਾਹਿਬ ਨੂੰ ਆਪਾਂ ਸਵਾਗਤ ਕਰ ਲਈਏ। ਡਾਕਟਰ ਸਾਹਿਬ, ਜੈ ਗੁਰਦੇਵ, ਗੁੱਡ ਆਫਟਰਨੂਨ ਜੀ। ਜੈ ਗੁਰਦੇਵ, ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ, ਨਮਸਕਾਰ, ਅਸਲਾਮ ਅਲੈਕੁਮ, ਥੈਂਕ ਯੂ ਸਰ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹਫ਼ਤੇ ਬਾਅਦ ਆਪਾਂ ਇੱਕ ਦੂਜੇ ਦੇ ਦਰਸ਼ਨ ਕੀਤੇ ਆ, ਸੋ ਬੜੀ ਖੁਸ਼ੀ ਹੁੰਦੀ ਆ। ਸੰਗਤਾਂ ਤੁਹਾਡੇ ਪ੍ਰੋਗਰਾਮ ਨੂੰ ਉਡੀਕਦੀਆਂ ਹੁੰਦੀਆਂ। ਕੁਛ ਤਾਂ ਜਿਨ੍ਹਾਂ ਨੂੰ ਕੋਈ ਤਕਲੀਫ ਹੋਵੇ ਉਹਨਾਂ ਨੂੰ ਹੁੰਦਾ ਕਿ ਉਹ ਤਕਲੀਫ ਤੋਂ ਕਿੱਦਾਂ ਰਾਹਤ ਮਿਲੇ ਸਾਨੂੰ। ਇੱਕ ਜਿਨ੍ਹਾਂ ਨੇ ਤੁਹਾਡੇ ਤੋਂ ਕੋਈ ਦਵਾਈਆਂ ਲਈਆਂ ਹੁੰਦੀਆਂ ਜਾਂ ਤੁਹਾਡੇ ਤੋਂ ਕੋਈ ਸਿੱਖਿਆ ਹੁੰਦਾ ਜਾਂ ਤੁਹਾਡੀਆਂ ਹਦਾਇਤਾਂ 'ਤੇ ਚੱਲਦੇ ਨੇ, ਉਹਦਾ ਵੀ ਸ਼ੁਕਰਾਨਾ ਕਰਨ ਵਾਸਤੇ ਤੁਹਾਨੂੰ ਉਡੀਕਦੇ ਨੇ। ਪਿਛਲੇ ਹਫ਼ਤੇ ਮੈਂ ਪ੍ਰੋਗਰਾਮ ਸ਼ੁਰੂ ਕਰਨ ਲੱਗਿਆ ਹੋਇਆ ਹੀ ਬੰਦ ਜਦੋਂ ਕੀਤਾ ਤਾਂ ਇੱਕ ਬੀਬੀ ਜੀ ਨੇ ਫੋਨ ਕੀਤਾ ਸੀ, ਬੀਬੀ ਰਾਜ ਮਿਨਹਾਸ ਜੀ, ਜਿਹੜੇ ਕਿ ਹੁਣ ਵੀ ਪ੍ਰੋਗਰਾਮ ਸਾਡਾ ਦੇਖ ਰਹੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਣੀ ਜਿਹੜੀ ਵੀ ਕੋਈ ਗੱਲ ਹੈ, ਡਾਕਟਰ ਸਾਹਿਬ ਬੈਠੇ ਨੇ, ਉਹ ਆਪਣੀ ਗੱਲ ਕਰ ਲੈਣ। ਉਸ ਤੋਂ ਬਾਅਦ ਜਿੰਨੀਆਂ ਵੀ ਕਾਲ ਆਉਣਗੀਆਂ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ। ਡਾਕਟਰ ਸਾਹਿਬ ਨੂੰ ਪਹਿਲੇ ਆਪਣੀ ਤੁਸੀਂ ਤਕਲੀਫ ਦੱਸੋ, ਜਿਹੜੀ ਵੀ ਕੋਈ ਤੁਹਾਡੇ ਸਰੀਰ ਦੇ ਵਿੱਚ ਤਕਲੀਫ ਹੈ, ਤੁਸੀਂ ਅਗਰ ਉਹਨੂੰ ਲੁਕਾਉਂਦੇ ਆ ਤਾਂ ਤੁਸੀਂ ਆਪਣੇ ਸਰੀਰ ਦੇ ਨਾਲ ਧੋਖਾ ਕਰ ਰਹੇ ਹਾਂ। ਤੁਸੀਂ ਆਪਣੇ ਅੰਦਰ ਛੋਟੀ ਜਿਹੀ ਬਿਮਾਰੀ ਨੂੰ ਰੋਜ਼ ਡੇਲੀ ਉਹਨੂੰ ਵੱਡਾ ਕਰ ਰਹੇ ਹਾਂ। ਛੋਟੀ ਬਿਮਾਰੀ ਨੂੰ ਜੜ੍ਹ ਤੋਂ ਫੜਿਆ ਜਾਵੇ ਤਾਂ ਉਹਦਾ ਇਲਾਜ ਛੇਤੀ ਹੈ। ਜੇ ਸਾਡੀ ਅਲਗਰਜੀ ਕਰਕੇ ਉਸ ਬਿਮਾਰੀ ਨੂੰ ਵਧਾ ਲਈਏ ਤਾਂ ਫਿਰ ਉਹਦੇ ਵਾਸਤੇ ਡਾਕਟਰ ਵਾਸਤੇ ਵੀ ਕੰਪਲੀਕੇਸ਼ਨ ਬਣ ਜਾਂਦੀ ਹੈ। ਆਓ, ਕਿਸੇ ਨੂੰ ਕੋਈ ਵੀ ਤਕਲੀਫ ਹੈਗੀ ਸਰੀਰਕ ਤੌਰ 'ਤੇ, ਡਾਕਟਰ ਸਾਹਿਬ ਤੁਹਾਡੇ ਸਾਹਮਣੇ ਬੈਠੇ ਨੇ, ਬੜੇ ਹੀ ਪਿਆਰ ਸਤਿਕਾਰ ਦੇ ਨਾਲ ਤੁਹਾਡੇ ਨਾਲ ਗੱਲਾਂ ਕਰਦੇ ਨੇ ਔਰ ਤੁਹਾਨੂੰ ਬੜੇ ਸਲਾਹ ਮਸ਼ਵਰੇ ਆਪਣੇ ਅਨੁਭਵ ਨਾਲ ਦਿੰਦੇ ਨੇ। ਹਾਂਜੀ, ਜੈ ਗੁਰਦੇਵ ਜੀ। ਹਾਂਜੀ, ਜੈ ਗੁਰਦੇਵ ਜੀ। ਬੀਬੀ ਜੀ ਕੌਣ ਬੋਲਦੇ? ਹਾਂਜੀ, ਮੈਂ ਰਾਜ ਬੋਲਦੀ ਹਾਂ ਭਾਜੀ। ਹਾਂਜੀ ਬੀਬੀ ਜੀ, ਮੈਂ ਤੁਹਾਡਾ ਪਹਿਲੇ ਸਵਾਲ ਰੱਖ ਦਿੱਤਾ। ਹਾਂਜੀ ਹਾਂਜੀ ਬੀਬੀ ਜੀ, ਤੁਸੀਂ ਡਾਕਟਰ ਸਾਹਿਬ ਤੁਹਾਨੂੰ ਸੁਣ ਰਹੇ, ਤੁਸੀਂ ਕੀ ਕਹਿਣਾ ਚਾਹੁੰਦੇ ਆਪਣੇ ਬੱਚਿਆਂ ਬਾਰੇ? ਡਾਕਟਰ ਸਾਹਿਬ, ਇਹਨਾਂ ਦੀ ਇਹ ਦੋਹਤੇ ਆ, ਦੋਹਤਾ ਅਤੇ ਦੋਹਤੀ, ਇੱਕ 4 ਸਾਲ ਦੀ, ਇੱਕ 7 ਸਾਲ ਦੀ ਆ, ਉਹਦੇ ਬਾਰੇ ਤਕਲੀਫ ਦੱਸਣਗੇ। ਹਾਂਜੀ ਬੀਬੀ ਜੀ। ਹਾਂਜੀ, 4 ਸਾਲ ਦਾ ਬੱਚਾ ਆ ਉਹ, ਮਤਲਬ 7 ਮਹੀਨੇ ਉਹਨਾਂ ਨੇ ਰੱਖਿਆ ਸੀ, 7-8 ਹਫ਼ਤੇ। ਔਰ ਉਹ ਤੇ ਚਲੋ ਉਹਨਾਂ ਨੇ ਕੇਅਰ ਕੀਤੀ, ਪਰ ਫਿਰ ਉਸ ਤੋਂ ਬਾਅਦ ਉਹਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੋ ਗਈ, ਮਤਲਬ 2-4 ਵੀਕਾਂ ਬਾਅਦ ਇੱਦਾਂ ਹੋਸਪਿਟਲ ਲੈ ਕੇ ਜਾਂਦੇ ਰਹੇ ਹਾਂ। ਪਰ ਕਾਫੀ ਦੇਰ ਉਹਨੂੰ ਲੈ ਕੇ ਜਾਂਦੇ ਰਹੇ ਹਾਂ, ਪੰਪ ਦਿੰਦੇ ਰਹੇ ਹਾਂ, ਉਹਨੂੰ ਕਲੀਅਰ ਕਰਦੇ ਰਹੇ ਹਾਂ, ਅਤੇ ਹੁਣ ਉਹ 4 ਸਾਲ ਬਾਅਦ ਕਹਿੰਦੇ ਕਿ ਇਹਦੇ ਜਿਹੜੇ ਅੰਦਰ ਦੇ ਲੰਗਸ ਨੇ ਉਹ ਪ੍ਰੋਪਰ ਖੁੱਲ੍ਹੇ ਨਹੀਂ ਹੈ। ਪਹਿਲੇ ਨਹੀਂ ਉਹਨਾਂ ਨੂੰ ਮਤਲਬ ਪਤਾ ਲੱਗਿਆ ਅਤੇ ਹੁਣ ਲੱਗਿਆ ਉਹਨਾਂ ਨੂੰ।
ਤੇ ਉਹ ਫਿਰ ਹੁਣ ਵੀ ਇੱਦਾਂ ਹੀ 2 ਹਫ਼ਤਿਆਂ ਬਾਅਦ 4 ਹਫ਼ਤਿਆਂ ਬਾਅਦ ਉਹਨੂੰ ਲੈ ਕੇ ਜਾਣਾ ਪੈਂਦਾ, ਇੱਦਾਂ ਸਾਹਿਬ ਦਾ ਹੋ ਜਾਂਦਾ ਆ। ਅਤੇ ਉਹ ਉਹਦੀ ਸਿਸਟਰ ਆ ਉਹ ਵੀ ਹੁਣ 6 ਸਾਲ ਦੀ ਹੋ ਗਈ, ਅਤੇ ਉਹਦਾ ਵੀ ਸਾਹ 1-2 ਵਾਰੀ ਦਾ ਅਚਾਨਕ ਸਟੋਪ ਹੋ ਗਿਆ, ਅਤੇ ਉਹਨੂੰ ਵੀ ਲੈ ਕੇ ਗਏ ਤਾਂ ਕਹਿੰਦੇ ਇਹਨੂੰ ਵੀ ਐਸਮਾ ਦੀ ਪ੍ਰੋਬਲਮ ਆ। ਅਤੇ ਇਹਦਾ ਕੋਈ ਸਲਿਊਸ਼ਨ ਹੈਗਾ ਤੁਹਾਡੇ ਕੋਲ ਜੀ ਡਾਕਟਰ ਸਾਹਿਬ? ਬੀਬੀ ਜੀ ਤੁਸੀਂ ਹੁਣ ਡਾਕਟਰ ਸਾਹਿਬ ਬਿਲਕੁਲ ਠੀਕ ਹੈ ਰਾਜ ਸਾਹਿਬ, ਤੁਸੀਂ ਬੇਸ਼ੱਕ ਬੰਦ ਕਰ ਲਿਓ ਫੋਨ ਤੇ ਟੀਵੀ ਤੋਂ ਹੀ ਜਵਾਬ ਸੁਣ ਲਓ, ਮੈਂ ਤੁਹਾਨੂੰ ਸਮਝਾਉਣਾ ਕਿ ਕੀ ਮਾਮਲਾ ਹੈ। ਦੇਖੋ ਇੱਕ ਚੀਜ਼ ਜ਼ਿਹਨ ਚ ਰੱਖ ਲਓ ਕਿ ਜਿਹੜਾ ਬਚਪਨ ਦੇ ਵਿੱਚ ਐਕਸਮਾ ਜਾਂ ਆਸਥਮਾ ਦਾ ਇਸ਼ੂ ਹੁੰਦਾ ਹੈ ਬੱਚਿਆਂ ਨੂੰ, ਉਹ ਇਸ ਲਈ ਹੁੰਦਾ ਹੈ ਕਿ ਬਾਜ਼ ਕਾਤ ਵਾਲੀ ਮੈਂ ਗੱਲ ਕਰ ਰਿਹਾ, ਇਹ ਨਹੀਂ ਕਿ 100% ਕਨਫਰਮ ਕਰ ਰਿਹਾ, ਲੇਕਿਨ ਬਾਜ਼ ਕਾਤ ਬੱਚਿਆਂ ਨੂੰ ਜਿਹੜੇ ਹਿਫਾਜ਼ਤੀ ਟੀਕੇ ਲਾਏ ਜਾਂਦੇ ਆ ਉਹਦੀ ਵਜ੍ਹਾ ਨਾਲ ਬੱਚਿਆਂ ਦੀ ਬਾਡੀ ਰਿਐਕਟ ਕਰਦੀ ਹੈ, ਔਰ ਬਾਜ਼ ਬੱਚਿਆਂ ਦਾ ਜਿਹੜਾ ਸਟੋਮਿਕ ਹੈ ਉਹਦੇ ਉੱਤੇ ਨੈਗੇਟਿਵ ਇਫੈਕਟ ਹੁੰਦਾ ਹੈ, ਔਰ ਉਹਨਾਂ ਬੱਚਿਆਂ ਦਾ ਜਿਹੜਾ ਸਟੋਮਿਕ ਹੈ ਉਹ ਸਟਰੋਂਗ ਔਰ ਪ੍ਰੋਪਰ ਐਸਿਡ ਰਿਲੀਜ਼ ਕਰਨਾ ਬੰਦ ਕਰ ਦਿੰਦਾ ਹੈ। ਜਦੋਂ ਐਸਾ ਹੁੰਦਾ ਹੈ ਤੇ ਉਹਦੀ ਵਜ੍ਹਾ ਨਾਲ ਬਾਜ਼ ਬੱਚਿਆਂ ਨੂੰ ਐਕਸਮਾ ਸ਼ੁਰੂ ਹੋ ਜਾਂਦਾ ਹੈ, ਬਾਜ਼ ਬੱਚਿਆਂ ਨੂੰ ਆਸਥਮਾ ਸ਼ੁਰੂ ਹੋ ਜਾਂਦਾ ਹੈ। ਇਸ ਪ੍ਰੋਬਲਮ ਦਾ ਅਗਰ ਖਾਸ ਤੌਰ ਤੇ ਆਸਥਮਾ ਸ਼ੁਰੂ ਹੋ ਜਾਏ ਤੇ ਇਹ ਬਹੁਤ ਵੱਡੀ ਜ਼ਿਆਦੀ ਹੈ ਕਿ ਅਗਰ ਅਸੀਂ ਉਹਨਾਂ ਬੱਚਿਆਂ ਨੂੰ ਇਨਹੇਲਰ ਤੇ ਪਾ ਦਈਏ ਔਰ ਪਰਮਾਨੈਂਟ ਪੰਪ ਤੇ ਲਾ ਦਈਏ। ਯਾਦ ਰੱਖੋ ਕਿ ਇਨਹੇਲਰ ਔਰ ਪੰਪ ਜਿਹੜੇ ਨੇ ਇਹ ਮੋਸਟਲੀ ਸਟੀਰਾਇਡ ਬੇਸਡ ਹੁੰਦੇ ਨੇ, ਔਰ ਜਿਹੜੇ ਛੋਟੀ ਉਮਰ ਦੇ ਬੱਚੇ ਹੁੰਦੇ ਨੇ ਉਹਨਾਂ ਦਾ ਇਮਿਊਨ ਸਿਸਟਮ ਡਿਵੈਲਪ ਹੋ ਰਿਹਾ ਹੁੰਦਾ, ਉਹਨਾਂ ਨੂੰ ਅਗਰ ਅਸੀਂ ਇਹੋ ਜਿਹੇ ਸਟੀਰਾਇਡ ਪੰਪ ਤੇ ਲਾ ਦੇਵਾਂਗੇ ਤੇ ਉਹਨਾਂ ਦਾ ਜੰਮਦੇ ਹੀ ਇਮਿਊਨ ਸਿਸਟਮ ਜਿਹੜਾ ਹੈ ਉਹ ਸਟ੍ਰੈਸ ਹੋ ਜਾਂਦਾ ਹੈ, ਔਰ ਉਹ ਬੱਚੇ ਜਦੋਂ ਆਪਣੀ ਟੀਨ ਏਜ ਵਿੱਚ ਮਚੋਰ ਏਜ ਵਿੱਚ ਜਾਂਦੇ ਨੇ ਤੇ ਉਹਨਾਂ ਨੂੰ ਬੜੇ ਵੱਡੇ ਰਿਸਕ ਹੋ ਜਾਂਦੇ ਨੇ, ਕੋਈ ਬਿਮਾਰੀ ਵੀ ਉਹਨਾਂ ਦੇ ਗੱਲ ਪੈ ਸਕਦੀ ਹੈ। ਇਹਦਾ ਹੱਲ ਕੀ ਹੈ? ਇਹਦੇ 2-3 ਹੱਲ ਨੇ। ਇੱਕ ਤੇ ਖਾਸ ਤੌਰ ਤੇ ਜਿਹੜੇ ਬੱਚਿਆਂ ਨੂੰ ਉਹਨਾਂ ਦੀਆਂ ਮਾਵਾਂ ਫੀਡ ਨਹੀਂ ਕਰਾਉਂਦੀਆਂ ਉਹਨਾਂ ਬੱਚਿਆਂ 'ਚ ਇਹ ਰਿਸਕ ਜ਼ਿਆਦਾ ਹੋ ਜਾਂਦਾ। ਜਿਹਨਾਂ ਬੱਚਿਆਂ ਨੂੰ ਉਹਨਾਂ ਦੀ ਮਾਵਾਂ ਫੀਡ ਕਰਾਉਂਦੀਆਂ ਨੇ ਉਹਨਾਂ ਨੂੰ ਭਾਵੇਂ ਟੀਕੇ ਲੱਗੇ ਵੀ ਹੋਣ ਉਹਨਾਂ 'ਚ ਆਸਥਮਾ ਡਿਵੈਲਪ ਕਰਨ ਦੇ ਚਾਂਸਿਸ ਬਹੁਤ ਘੱਟ ਰਹਿ ਜਾਂਦੇ। ਫਿਰ ਇਹ ਹੁੰਦਾ ਕਿ ਫੀਡ ਦੇ ਬ੍ਰੈਸਟ ਫੀਡ ਦੀ ਰਿਪਲੇਸਮੈਂਟ ਦੇ ਤੌਰ 'ਤੇ ਅਸੀਂ ਡੱਬਿਆਂ ਵਾਲੇ ਮਿਲਕ ਦੁੱਧ ਸ਼ੁਰੂ ਕਰ ਦਿੰਦੇ ਹਾਂ। ਇਹ ਜਿਹੜੇ ਡੱਬਿਆਂ ਵਾਲੇ ਦੁੱਧ ਨੇ ਇਹ ਇੱਕ ਬਹੁਤ ਵੱਡਾ ਜ਼ੁਲਮ ਹੈ ਬੱਚਿਆਂ 'ਤੇ ਜਿਹੜਾ ਅਸੀਂ ਕਰਦੇ ਹਾਂ। ਇਹ ਕੈਮੀਕਲ ਹੁੰਦੇ ਨੇ ਇਹਨਾਂ 'ਚ, ਇਹਨਾਂ 'ਚ ਇੰਤਹਾਈ ਹਾਈ ਸ਼ੂਗਰ ਕੰਟੈਂਟ ਹੁੰਦਾ ਹੈ ਇਹਨਾਂ 'ਚ, ਔਰ ਇੰਤਹਾਈ ਖਤਰਨਾਕ ਕਿਸਮ ਦੀਆਂ ਚੀਜ਼ਾਂ ਹੁੰਦੀਆਂ ਨੇ। ਮੈਂ ਸਖ਼ਤ ਖਿਲਾਫ ਹਾਂ, ਔਰ ਅਕਸਰ ਬੱਚਿਆਂ ਨੂੰ ਐਲਰਜੀਜ ਦੇ ਇਸ਼ੂ ਜਿਹੜੇ ਨੇ ਇਹ ਡੱਬਿਆਂ ਦੇ ਦੁੱਧ ਦੀ ਵਜ੍ਹਾ ਨਾਲ ਸ਼ੁਰੂ ਹੋ ਜਾਂਦੇ ਨੇ। ਇੱਕ ਤੇ ਇਹ ਹੈ ਕਿ ਤੁਸੀਂ ਆਪਣੇ ਬੱਚਿਆਂ ਦੇ ਕਿਆ ਡੱਬਿਆਂ ਦੇ ਦੁੱਧ ਬਦਲ ਕੇ ਦੇਖੇ ਨੇ, ਤੇ ਇਹ ਮੈਨੂੰ ਦੱਸਣਾ ਤੁਸੀਂ। ਔਰ ਦੂਸਰਾ ਇਹ ਹੈ ਕਿ ਤੁਸੀਂ ਇੱਕ ਕੰਮ ਕਰਨਾ ਹੈ ਕਿ ਹੁਣ ਛੋਟੇ ਬੱਚੇ ਨੇ, ਛੋਟੇ ਬੱਚਿਆਂ ਨੂੰ ਆਮ ਤੌਰ ਤੇ ਮੈਂ ਸਪਲੀਮੈਂਟ ਨਹੀਂ ਦਿੰਦਾ ਹੁੰਦਾ, ਲੇਕਿਨ ਜਿਵੇਂ 6 ਸਾਲ ਦੀ ਬੱਚੀ ਹੈ ਜਾਂ ਇਹ 4 ਸਾਲ ਦਾ ਬੱਚਾ ਹੋ ਗਿਆ, ਇਹਦੇ ਲਈ ਇੰਝ ਕਰੋ ਤੁਸੀਂ ਕਿ ਆਇਓਡੀਨ ਜਿਹੜੀ ਹੈ, ਕਿਉਂਕਿ ਆਇਓਡੀਨ ਦੇ ਬਾਰੇ ਚ ਇੱਕ ਚੀਜ਼ ਜ਼ਿਹਨ ਚ ਰੱਖ ਲਓ ਕਿ ਆਇਓਡੀਨ, ਹਾਂਜੀ ਕਾਲ ਆ ਰਹੀ ਹੈ ਲਾਈਵ, ਲੇਕਿਨ ਮੈਂ ਗੱਲ ਕੰਪਲੀਟ ਕਰ ਲਾ ਫਿਰ ਅਸੀਂ ਕਾਲ ਲੈ ਲਵਾਂਗੇ। ਆਇਓਡੀਨ ਜਿਹੜੀ ਹੈ ਇਹ ਇੱਕ ਐਸਾ ਰੱਬ ਦਾ ਬਣਾਇਆ ਹੋਇਆ ਗਿਫਟ ਹੈ ਜਿਹੜਾ ਨਾ ਸਿਰਫ ਐਂਟੀਬਾਇਓਟਿਕ, ਐਂਟੀਸੈਪਟਿਕ, ਐਂਟੀਵਾਇਰਸ ਦੇ ਤੌਰ ਤੇ ਕੰਮ ਕਰਦਾ ਹੈ, ਬਲਕਿ ਬੱਚਿਆਂ ਦੀ ਬ੍ਰੇਨ ਡਿਵੈਲਪਮੈਂਟ ਤੇ ਕੰਮ ਆਉਂਦਾ ਹੈ, ਔਰ ਸਾਡੀ ਬਾਡੀ ਦੇ ਜਿਤਨੇ ਸਕ੍ਰੀਸ਼ਨ ਕਰਨ ਵਾਲੇ ਪਾਰਟ ਨੇ ਜਿਵੇਂ ਸਟੋਮਿਕ ਹੈ, ਥਾਇਰਾਇਡ ਹੈ, ਓਵਰੀ ਹੈ, ਟੈਸਟੀਕਲਸ ਨੇ, ਐਡਰੀਨਲ ਗਲੈਂਡ ਹੈ,
ਇਹਨਾਂ ਨੂੰ ਅਗਰ ਆਇਓਡੀਨ ਦਿੱਤੀ ਜਾਏ ਤੇ ਇੱਕਦਮ ਜਿਵੇਂ ਕਿਸੇ ਦੀ ਅੱਖ ਖੁੱਲ ਜਾਂਦੀ ਹੈ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ। ਤੁਸੀਂ ਪਲੀਜ਼ ਇਹ ਕਰੋ ਕਿ ਛੋਟੇ ਬੱਚਿਆਂ ਨੂੰ, ਮੈਂ ਹੁਣ ਇੱਥੇ ਨਹੀਂ ਦੱਸਾਂਗਾ ਕਿਉਂਕਿ ਬਹੁਤ ਛੋਟੇ ਬੱਚਿਆਂ ਨੂੰ ਐਡਵਾਈਸ ਅਸੀਂ ਆਨਲਾਈਨ ਨਹੀਂ ਦੇਣਾ ਚਾਹੁੰਦੇ, ਫੋਨ ਕਰ ਲੈਣਾ, ਮੈਂ ਤੁਹਾਨੂੰ ਸਮਝਾ ਦਿਆਂਗਾ ਕਿ ਆਇਓਡੀਨ ਕਿੱਥੋਂ ਮਿਲੇਗੀ ਔਰ ਕਿੰਨੀ ਦੇਣੀ ਹੈ, ਬੱਚਿਆਂ ਦਾ ਆਸਥਮਾ ਠੀਕ ਹੋ ਜਾਏ। ਸੋ ਡਾਕਟਰ ਸਾਹਿਬ ਕੋਲ, ਹਾਂਜੀ ਹਾਂਜੀ, ਜੈ ਗੁਰਦੇਵ ਜੀ। ਹਾਂਜੀ ਡਾਕਟਰ ਸਾਹਿਬ, ਮੈਂ ਡਾਕਟਰ ਸਾਹਿਬ ਨਾਲ ਗੱਲ ਕਰਨੀ। ਹਾਂਜੀ, ਕੀ ਨਾਮ ਜੀ? ਸ਼ੁਭ ਨਾਮ? ਮੇਰਾ ਨਾਮ ਹੈਗਾ ਜੀ ਰਣਧੀਰ ਸਿੰਘ ਸਹੋਤਾ। ਰਣਧੀਰ ਸਿੰਘ ਸਹੋਤਾ ਜੀ, ਹਾਂਜੀ, ਕੀ ਕਹਿਣਾ ਚਾਹੋਗੇ ਜੀ? ਜੀ ਆਇਆਂ ਨੂੰ, ਡਾਕਟਰ ਸਾਹਿਬ ਤੁਹਾਨੂੰ ਸੁਣ ਰਿਹਾ ਜੀ। ਥੈਂਕ ਯੂ ਵੈਰੀ ਮਚ। ਮੈਂ, ਮੇਰੀ ਏਜ 73 ਯੀਅਰ, ਮੇਰੇ ਕੋਲ ਡਾਕਟਰ ਸਾਹਿਬ ਹੈਗੀ ਆ ਸਰਵਾਈਕਲ ਪ੍ਰੋਬਲਮ ਹੈ ਨੈਕ ਅਤੇ ਸ਼ੋਲਡਰ ਦੀ ਬਹੁਤ ਜ਼ਿਆਦਾ, ਇਸ ਲੌਂਗ ਕਾਫੀ ਚਿਰ ਤੋਂ, 8-10 ਸਾਲ ਤੋਂ, ਹੁਣ ਵਾਧੀ ਵਾਧੀ ਕਾਫੀ ਵੱਧ ਗਈ ਆ। ਡਾਕਟਰ ਨੇ ਮੇਰੇ ਖਿਆਲ ਟੀਕੇ ਟੂਕੇ ਵੀ ਲਾਏ ਸੀਗੇ ਸਟੀਰੋਇਡ ਦੇ, ਹੋਰ ਉਹ ਕਹਿੰਦੇ ਇਹਦੇ ਬਾਅਦ ਅਸੀਂ ਕੁਛ ਨਹੀਂ ਕਰਦਾ, ਪੇਨ ਕਿਲਰ ਖਾ। ਮੈਂ ਕਿਹਾ ਪੇਨ ਕਿਲਰ ਨਹੀਂ ਮੈਂ ਖਾਣੀ ਕਿਉਂਕਿ ਪੇਨ ਕਿਲਰ ਦੇ ਨਾਲ ਹੋਰ ਵੀ ਬਹੁਤ ਕੁਛ ਹੁੰਦਾ ਹੈ, ਆਵਾਜ਼ ਘੱਟ ਕਰਦੇ ਯਾਰ। ਹਾਂਜੀ ਸੋਤਾ ਜੀ, ਡਾਕਟਰ ਸਾਹਿਬ ਨੇ ਤੁਹਾਡੀ ਪ੍ਰੋਬਲਮ ਸੁਣ ਲਈ, ਹੁਣ ਉਹਨਾਂ ਦਾ ਜਵਾਬ ਸੁਣੋ ਜੀ। ਜੀ ਸੋਤਾ ਸਾਹਿਬ ਕੁਛ ਹੋਰ ਗੱਲ ਵੀ ਦੱਸਣਾ ਚਾਹ ਰਹੇ ਸੀਗੇ, ਮੇਰਾ ਖਿਆਲ ਕੁਛ ਹੋਰ ਦੱਸਣਾ ਚਾਹ ਰਹੇ, ਕੰਪਲੀਟ ਹੋ ਗਈ ਗੱਲ ਇਹਨਾਂ ਦੀ। ਹਾਂਜੀ ਡਾਕਟਰ ਸਾਹਿਬ, ਆਪਣੇ ਸੋਤਾ ਜੀ, ਹੋਰ ਕੋਈ ਤਕਲੀਫ ਕੋਈ? ਅੱਛਾ ਕਾਲ ਬੰਦ ਹੋ ਗਈ ਜੀ। ਅੱਛਾ ਦੇਖੋ, ਸਰਵਾਈਕਲ ਦੇ ਬਾਰੇ ਚ ਮੈਂ ਅਸਲ ਚ ਇਹਨਾਂ ਕੋਲੋਂ ਇੱਕ ਦੋ ਹੋਰ ਗੱਲਾਂ ਪੁੱਛਣਾ ਚਾਹ ਰਹੇ ਸੀ। ਸਰਵਾਈਕਲ ਜਾਂ ਜਿਹੜੇ ਨੈਕ ਦੇ ਮੋਹਰੇ ਨੇ ਨਾ, ਇਹਨਾਂ ਦੇ ਵਿੱਚ 2-3 ਇਸ਼ੂ ਹੁੰਦੇ ਨੇ, ਅਸੀਂ ਉਹ ਜ਼ਰੂਰ ਕਲੀਅਰ ਕਰਨੇ ਹੁੰਦੇ ਨੇ। ਇੱਕ ਤੇ ਇਹ ਹੁੰਦਾ ਕਿ ਜਿਹੜੇ ਦੋ ਮੋਹਰਿਆਂ ਦੇ ਦਰਮਿਆਨ ਸਪੇਸ ਜਿਹੜੀ ਹੈ ਉਹ ਕਿੰਨੀ ਕੁ ਘਟੀ ਹੈ। ਯਾਦ ਰੱਖ ਲਓ, ਸਰਵਾਈਕਲ ਦਾ ਪ੍ਰੋਬਲਮ ਦੋ ਵਜ੍ਹਾ ਨਾਲ ਹੁੰਦਾ ਹੈ। ਇੱਕ ਹੁੰਦਾ ਹੈ ਕਿ ਦੋ ਮੋਹਰਿਆਂ ਦੇ ਦਰਮਿਆਨ ਜਿਹੜੀ ਡਿਸਕ ਹੈ ਉਹਦੇ ਚ ਸੋਜ ਆ ਜਾਏ ਤੇ ਸਲਿਪ ਡਿਸਕ ਹੋਣੀ ਸ਼ੁਰੂ ਹੋ ਜਾਏ, ਇੱਕ ਮੋਹਰਾ ਬਾਹਰ ਨੂੰ ਨਿਕਲਣਾ ਸ਼ੁਰੂ ਹੋ ਜਾਏ, ਇੱਕ ਇਹ ਇਸ਼ੂ ਹੁੰਦਾ ਹੈ। ਇੱਕ ਇਹ ਇਸ਼ੂ ਹੁੰਦਾ ਹੈ ਕਿ ਉਹ ਦੋਨਾਂ ਦੇ ਦਰਮਿਆਨ, ਦੋ ਮੋਹਰਿਆਂ ਦੇ ਦਰਮਿਆਨ ਜਿਹੜੀ ਸਪੇਸ ਹੈ ਉਹ ਘੱਟ ਜਾਏ ਔਰ ਮੋਹਰੇ ਇੱਕ ਦੂਜੇ ਦੇ ਕਰੀਬ ਆ ਜਾਣ। ਜਦੋਂ ਇੱਕ ਦੂਜੇ ਦੇ ਕਰੀਬ ਆਉਂਦੇ ਨੇ ਤੇ ਉਹਨਾਂ ਦੇ ਵਿੱਚੋਂ ਜਿਹੜੀ ਨਰਵਸ ਗੁਜ਼ਰ ਰਹੀਆਂ ਹੁੰਦੀਆਂ ਨੇ ਉਹ ਪ੍ਰੈਸ ਹੁੰਦੀਆਂ ਨੇ, ਜਿਹਨੂੰ ਅਸੀਂ ਕਹਿੰਦੇ ਜੀ ਨਰਵ ਟ੍ਰੈਪ ਹੋ ਗਈ ਹੈ, ਔਰ ਉਹਦੀ ਵਜ੍ਹਾ ਨਾਲ ਸ਼ੋਲਡਰ ਪੇਨ ਸ਼ੁਰੂ ਹੋ ਜਾਂਦਾ ਹੈ, ਨੰਬਨੈਸ ਆਉਣੀ ਸ਼ੁਰੂ ਹੋ ਜਾਂਦੀ ਹੈ, ਬਾਹਾਂ ਛੱਤਾਂ 'ਚ ਪਿੰਸ ਐਂਡ ਨੀਡਲ ਸੂਈਆਂ ਚੁੱਭਣੀਆਂ ਸ਼ੁਰੂ ਹੋ ਜਾਂਦੀਆਂ ਨੇ, ਬਾਜ਼ ਲੋਕਾਂ ਨੂੰ ਟੈਨਾਈਟਸ ਦਾ ਇਸ਼ੂ ਹੁੰਦਾ, ਕੰਨਾਂ 'ਚ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਬਾਜ਼ ਲੋਕਾਂ ਨੂੰ ਈਅਰ ਬੈਲੈਂਸ ਦੇ ਇਸ਼ੂ ਹੋ ਜਾਂਦੇ ਨੇ। ਮੀਨ ਸਰਵਾਈਕਲ 'ਚ ਜਿੱਥੇ ਜਿੱਥੇ ਬਿਜਲੀ ਦੀ ਤਾਰ ਜਾ ਰਹੀ ਹੈ ਜਾਂ ਨਰਵ ਕਨੈਕਸ਼ਨ ਜਾ ਰਿਹਾ ਉੱਥੇ ਟ੍ਰਬਲ ਹੁੰਦੀ ਹੈ। ਅੱਛਾ ਹੁਣ ਸਰਵਾਈਕਲ ਦਾ ਇਸ਼ੂ ਹੋ ਗਿਆ, ਇਹਦੇ ਲਈ 2-3 ਚੀਜ਼ਾਂ ਜ਼ਹਿਨ 'ਚ ਰੱਖ ਲਓ। ਇੱਕ ਤੇ ਇਹ ਹੈ ਕਿ ਐਂਟੀ ਇਨਫਲੇਮੇਟਰੀ ਚੀਜ਼ਾਂ ਯੂਜ਼ ਕਰੋ, ਮਤਲਬ ਜੁਆਇੰਟ ਦਾ ਇੰਤਹਾਈ ਅੱਛਾ ਔਰ ਪਾਵਰਫੁਲ ਸਪਲੀਮੈਂਟ ਜਿਹੜਾ ਹੈ ਉਹ ਤੁਹਾਨੂੰ ਚਾਹੀਦਾ ਹੈ, ਜਿਹਦੇ ਵਿੱਚ ਕੋਨਡਰਾਈਟਨ ਸਲਫੇਟ ਹੋਵੇ, ਜਿਹਦੇ ਵਿੱਚ ਗਲੂਕੋਸਾਮਾਈਨ ਹੋਵੇ ਬੜੀ ਹਾਈ ਮਾਤਰਾ ਦੇ ਵਿੱਚ, ਜਿਹਦੇ ਵਿੱਚ ਹੈਲੋਰੋਨਿਕ ਐਸਿਡ ਹੋਵੇ, ਇਹਦੇ ਨਾਲ ਨਾਲ ਤੁਸੀਂ ਵਾਈਟਮਿਨ ਸੀ ਜਿਹੜਾ ਹੈ ਉਹ ਹਾਈ ਡੋਜ਼ ਵਿੱਚ ਲੈਣਾ ਚਾਹੀਦਾ। ਤੁਹਾਨੂੰ ਵਾਈਟਮਿਨ ਸੀ ਦੇ ਬਾਰੇ ਵਿੱਚ ਮੈਂ ਬਾਰ ਬਾਰ ਇੱਕ ਗੱਲ ਦੱਸ ਰਿਹਾ ਵਾਂ, ਵਾਈਟਮਿਨ ਸੀ ਦੀਆਂ ਗੋਲੀਆਂ ਮਿਲਦੀਆਂ ਨੇ ਉਹ ਬਿਲਕੁਲ ਯੂਜ਼ਲੈਸ ਨੇ, ਨਹੀਂ ਲੈਣੀਆਂ ਚਾਹੀਦੀਆਂ। ਵਾਈਟਮਿਨ ਸੀ ਜਦੋਂ ਯੂਜ਼ ਕਰਨਾ ਹੈ ਪਾਊਡਰ ਫਾਰਮ ਵਿੱਚ ਯੂਜ਼ ਕਰਨਾ ਹੈ। ਇਹਦੇ ਨਾਲ ਨਾਲ ਤੁਸੀਂ ਸੋਚਦਾ ਸਾਹਿਬ ਵਾਈਟਮਿਨ ਡੀ ਜਿਹੜਾ ਹੈ ਮਿਨੀਮਮ 10,000 ਇੰਟਰਨੈਸ਼ਨਲ ਯੂਨਿਟ ਜਿਹੜੇ ਨੇ ਉਹ ਰੋਜ਼ ਦੇ ਤੁਹਾਨੂੰ ਲੈਣੇ ਚਾਹੀਦੇ ਨੇ। ਇਹਦੇ ਇਲਾਵਾ ਤੁਸੀਂ ਬਲੈਕ ਸੀਡ ਆਇਲ ਹੁੰਦਾ ਹੈ ਜਿਹਨੂੰ ਆਪਾਂ ਪੰਜਾਬੀ 'ਚ ਕਲਵੰਜੀ ਦਾ ਤੇਲ ਕਹਿੰਦੇ ਹਾਂ, ਉਹ ਤੁਸੀਂ ਹਲਕਾ ਜਿਹਾ ਉਹਨੂੰ ਗਰਮ ਕਰ ਲਿਆ ਕਰੋ
ਔਰ ਉਹ ਖੁਦ ਆਪਣੇ ਹੱਥਾਂ ਦੇ ਨਾਲ ਨੈਕ ਤੇ ਮਲਿਆ ਕਰੋ। ਇਹਦੇ ਇਲਾਵਾ ਤੁਸੀਂ ਹੋਰ ਇਹ ਕੰਮ ਕਰੋ ਕਿ ਸਿੱਧੇ ਲੇਟ ਜਾ ਕਰੋ, ਤੁਹਾਡਾ ਮੂੰਹ ਉੱਪਰ ਨੂੰ ਹੋਏ, ਕਿਸੇ ਨੂੰ ਕਹੋ ਕਿ ਤੁਹਾਡੇ ਦੋਵਾਂ ਸਾਈਡਾਂ ਤੋਂ ਸਿਰ ਨੂੰ ਪਕੜ ਕੇ ਆਪਣੇ ਨਾਲ ਆਹਿਸਤਾ ਆਹਿਸਤਾ ਝਟਕੇ ਦੇ ਕੇ ਖਿੱਚਾਂ। ਯਾਨੀ ਅਸੀਂ ਉਹ ਤੁਹਾਡੀ ਜਿਹੜੀ ਬੋਨਸ ਨੇ ਉਹਨਾਂ ਨੂੰ ਡੀ ਸਟ੍ਰੈਚ ਕਰਨਾ, ਖੋਲਣਾ। ਇਹ ਕੰਮ ਤੁਸੀਂ ਕਰੋ, ਹੋਪਫੁਲੀ ਤੁਹਾਡਾ। ਔਰ ਇਹਦੇ ਇਲਾਵਾ ਸਰਵਾਈਕਲ ਦੇ ਪ੍ਰੋਬਲਮ ਵਿੱਚ ਜਿਹੜੇ ਲੋਕ ਵੀ ਹੁੰਦੇ ਨੇ ਉਹਨਾਂ ਨੂੰ ਮੈਂ ਕਹਿੰਦਾ ਹੁੰਦਾ ਕਿ ਪਲੀਜ਼ ਜਿਹੜਾ ਸਿਰਾਣਾ ਯੂਜ਼ ਕਰਦੇ ਹੋ ਉਹ ਬਿਲਕੁਲ ਬਰੀਕ ਹੋਣਾ ਚਾਹੀਦਾ ਹੈ, ਬਲਕਿ ਸਰਵਾਈਕਲ ਪਿਲੋ ਮਿਲ ਜਾਂਦੇ ਨੇ, ਉਹ ਹੁੰਦੇ ਨੇ, ਉਹਨਾਂ ਚ ਕਰਵ ਹੁੰਦਾ, ਉਹ ਐਮਾਜ਼ਾਨ ਤੋਂ 10-15 ਪਾਉਂਡ ਦਾ ਅੱਛਾ ਸਰਵਾਈਕਲ ਪਿਲੋ ਮਿਲ ਜਾਂਦਾ ਹੈ, ਉਹ ਮੰਗਵਾਓ, ਉਹ ਯੂਜ਼ ਕਰੋ। ਹੋਪਫੁਲੀ ਇਹਨਾਂ ਚੀਜ਼ਾਂ ਨਾਲ ਤੁਹਾਨੂੰ ਕਾਫੀ ਰਾਹਤ ਮਿਲ ਜਾਏਗੀ। ਸੋਤਾ ਜੀ, ਤੁਹਾਨੂੰ ਸਮਝ ਲੱਗ ਗਈ ਹੋਵੇ। ਡਾਕਟਰ ਸਾਹਿਬ, ਮੇਰੇ ਕੋਲ ਇੱਕ ਮੈਸੇਜ ਆਇਆ, ਉਹ ਹੈਗਾ ਕਿ ਮੈਂ ਸਾਰੀ ਰਾਤ ਇੱਥੇ ਤਾਂ ਤਾਰੇ ਦੇਖਦਾ ਨਹੀਂ, ਅਤੇ ਉਹਦੇ ਪੰਜਾਬੀ 'ਚ ਲਾਓ ਜਾ, ਮੈਂ ਸਾਰੀ ਰਾਤ ਤਾਰੇ ਹੀ ਦੇਖਦਾ ਰਹਿੰਦਾ, ਮੈਨੂੰ ਨੀਂਦ ਨਹੀਂ ਆਉਂਦੀ। ਹਾਲਾਂਕਿ ਇੰਗਲੈਂਡ ਵਿੱਚ ਤਾਰੇ ਦਿਸਦੇ ਨਹੀਂ ਰਾਤ ਨੂੰ, ਤਾਂ ਅਸੀਂ ਸਾਰੇ ਅੰਦਰਾਂ 'ਚ ਸੌਂਦੇ ਹਾਂ। ਜੀ ਮੈਂ ਦੱਸ ਦਿੰਦਾ, ਦੇਖੋ ਨੀਂਦ ਨਾ ਆਉਣ ਦੇ ਇੱਕ ਤੇ ਖਾਸ ਕਿਸਮ ਦੀ, ਜਦੋਂ ਨੀਂਦ ਦਾ ਇਸ਼ੂ ਇੱਕ ਹੱਦ ਤੋਂ ਜ਼ਿਆਦਾ ਜਿਹਨਾਂ ਲੋਕਾਂ ਨੂੰ ਗੁਜ਼ਰ ਜਾਂਦਾ ਹੈ, ਬਾਜ਼ ਲੋਕ, ਮੈਂ ਮੇਰੇ ਕੋਲ ਇਹੋ ਜਿਹੇ ਪੇਸ਼ੈਂਟ ਆਏ ਨੇ ਜਿਹੜੇ ਕਹਿੰਦੇ ਨੇ ਜੀ ਪੂਰਾ ਪੂਰਾ ਹਫ਼ਤਾ ਨੀਂਦ ਹੀ ਨਹੀਂ ਆਉਂਦੀ। ਠੀਕ ਹੈ ਨਾ, ਉਸ ਕੰਡੀਸ਼ਨ 'ਚ ਜਦੋਂ ਬੰਦਾ ਜਾਂਦਾ ਹੈ ਤੇ ਅਸੀਂ ਕਹਿੰਦੇ ਇਹਨਾਂ ਨੂੰ ਸਲੀਪ ਐਪਨੀਆ ਹੋ ਗਿਆ, ਮੀਨਸ ਇਹਨਾਂ ਦੀ ਨੀਂਦ ਜਿਹੜੀ ਹੈ ਉਹ ਉੱਡ ਗਈ ਹੈ। ਅੱਛਾ, ਇੱਕ ਤੇ ਸਲੀਪ ਐਪਨੀਆ ਦਾ ਇਸ਼ੂ ਹੈ, ਦੂਸਰਾ ਬਾਜ਼ ਲੋਕ ਐਸੇ ਹੁੰਦੇ ਨੇ ਕਿ ਉਹਨਾਂ ਨੂੰ ਹਫ਼ਤੇ 'ਚ 2 ਦਿਨ ਇਹੋ ਜਿਹੇ 3 ਦਿਨ ਆਉਂਦੇ ਨੇ ਕਿ ਉਹਨਾਂ ਦੀ ਨੀਂਦ ਉਹਨਾਂ ਨੂੰ ਨਹੀਂ ਆਉਂਦੀ, ਫਿਰ 1-2 ਦਿਨ 3 ਦਿਨ ਆਉਂਦੇ ਨੇ ਨੀਂਦ ਆ ਜਾਂਦੀ ਹੈ। ਅੱਛਾ, ਹੁਣ ਜਿਹਨਾਂ ਲੋਕਾਂ ਨੂੰ ਸਲੀਪ ਐਪਨੀਆ ਉਹਨਾਂ ਦੇ ਬਾਰੇ 'ਚ ਬਿਹਤਰ ਇਹ ਹੈ ਕਿ ਮੈਂ ਇੱਕ ਪ੍ਰੋਗਰਾਮ ਕਰਕੇ ਪੂਰੀ ਡਿਟੇਲ 'ਚ ਸਮਝਾਵਾਂਗਾ ਕਿ ਉਹਦਾ ਕੀ ਹੱਲ ਹੈ। ਮੈਂ ਸਲੀਪ ਐਪਨੀਆ ਵੀ ਠੀਕ ਕਰ ਲਿਆ ਹੋਇਆ, ਮੈਂ ਨਹੀਂ ਕੀਤਾ, ਤੁਹਾਡੀ ਆਪਣੀ ਬੋਡੀ ਨੇ ਠੀਕ ਕਰਨਾ ਹੁੰਦਾ, ਉਹ ਮੈਂ ਸਮਝਾ ਦਿਆਂਗਾ ਤੁਹਾਨੂੰ ਬੜੇ ਨੈਚੁਰਲ ਵੇ 'ਚ। ਇਹੋ ਜਿਹੇ ਲੋਕ ਜਿਹਨਾਂ ਨੂੰ ਨੀਂਦ ਦੀਆਂ ਗੋਲੀਆਂ ਖਾ ਕੇ ਨੀਂਦ ਨਹੀਂ ਆਉਂਦੀ ਸੀ, ਉਹਨਾਂ ਦੀ 1 ਹਫ਼ਤੇ ਦੇ ਅੰਦਰ ਅੰਦਰ ਨੀਂਦ ਰਿਸਟੋਰ ਹੋ ਗਈ। ਅੱਛਾ, ਹੁਣ ਆਉਂਦੇ ਆ ਉਹਨਾਂ ਲੋਕਾਂ ਜਿਹਨਾਂ ਨੂੰ ਜਾਂ ਤੇ ਨੀਂਦ ਫੜੀ ਨਹੀਂ ਜਾਂਦੀ, ਜਾਂ ਫੜ ਕੇ ਟੁੱਟਦੀ ਹੈ, ਜਾਂ ਉਹ ਬੈੱਡ ਤੇ ਜਾਂਦੇ ਨੇ ਤੇ ਉਹਨਾਂ ਦਾ ਦਿਮਾਗ ਚੱਲੀ ਜਾ ਰਿਹਾ ਹੁੰਦਾ, ਸੋਚਾਂ ਆਈ ਜਾ ਰਹੀਆਂ ਹੁੰਦੀਆਂ, ਫਲਾਂ ਕੰਮ ਕਰਨਾ, ਇਹ ਕਰਨਾ, ਉਹ ਕਰਨਾ, ਦਿਮਾਗ ਜਿਵੇਂ ਅਸੀਂ ਕਹਿੰਦੇ ਘੋੜਾ ਤੇਜ਼ ਦੌੜ ਰਿਹਾ ਹੁੰਦਾ, ਦਿਮਾਗ ਦੌੜ ਰਿਹਾ ਹੁੰਦਾ। ਅੱਛਾ, ਇਹੋ ਜਿਹੇ ਲੋਕਾਂ ਲਈ ਇੱਕ ਤੇ ਇਹਨਾਂ ਨੂੰ ਲਿਵਰ ਨੂੰ ਡੀਟੌਕਸ ਕਰਨਾ ਚਾਹੀਦਾ, ਬਹੁਤ ਹੀ ਇੰਪੋਰਟੈਂਟ ਹੈ ਕਿ ਜਿਹਨਾਂ ਲੋਕਾਂ ਨੂੰ ਇਸ ਤਰ੍ਹਾਂ ਦਾ ਸਲੀਪਿੰਗ ਡਿਸਆਰਡਰ ਹੋਏ ਉਹਨਾਂ ਨੂੰ ਅਸੀਂ ਲਿਵਰ ਡੀਟੌਕਸ ਉਹਨਾਂ ਦਾ ਕਰਾਉਂਦੇ ਹਾਂ। ਇਹਦੇ ਇਲਾਵਾ ਉਹਨਾਂ ਨੂੰ ਮੈਲਾਟੋਨਿਨ ਹਾਰਮੋਨ ਜਿਹੜਾ ਹੈ ਉਹਦਾ ਸਪਲੀਮੈਂਟ ਦਿੰਦੇ ਹਾਂ ਹਾਈ ਡੋਜ਼ ਵਿੱਚ। ਔਰ ਇਹਦੇ ਇਲਾਵਾ ਇੱਕ ਵਾਰੀ ਡਾਕਟਰ ਸਾਹਿਬ ਇੱਕ ਵਾਰੀ ਰਿਪੀਟ ਹੋਰ ਕਰਿਓ। ਮੈਲਾਟੋਨਿਨ ਇਹ ਇੱਕ ਕੈਮੀਕਲ ਹੈ ਜਿਹੜਾ ਸਾਡਾ ਬ੍ਰੇਨ ਪੈਦਾ ਕਰਦਾ। ਸਾਡੇ ਬ੍ਰੇਨ ਦੇ ਵਿੱਚ ਇੱਕ ਛੋਟਾ ਜਿਹਾ ਗਲੈਂਡ ਹੁੰਦਾ ਹੈ ਜਿਹਨੂੰ ਅਸੀਂ ਪੀਨੀਅਲ ਗਲੈਂਡ ਕਹਿੰਦੇ ਹਾਂ। ਉਹ ਪੀਨੀਅਲ ਗਲੈਂਡ ਜਿਹੜਾ ਹੈ ਉਹ ਇਹ ਮੈਲਾਟੋਨਿਨ ਹਾਰਮੋਨ ਪੈਦਾ ਕਰਦਾ ਹੈ। ਔਰ ਮੈਲਾਟੋਨਿਨ ਹਾਰਮੋਨ ਵੀ ਰੱਬ ਦੀ ਬਣਾਈ ਹੋਈ ਬਹੁਤ ਵੱਡੀ ਨੇਮਤਾਂ 'ਚੋਂ ਇੱਕ ਬਹੁਤ ਹੀ ਵੱਡੀ ਨੇਮਤ ਹੈ। ਲੇਕਿਨ ਪ੍ਰੋਬਲਮ ਇਹ ਹੈ ਕਿ ਜਦੋਂ ਅਸੀਂ ਆਲਮੋਸਟ 40 ਸਾਲ ਤੋਂ ਉੱਪਰ ਜਾਂਦੇ ਹਾਂ ਤੇ ਸਾਡੀ ਮੈਲਾਟੋਨਿਨ ਪ੍ਰੋਡਕਸ਼ਨ ਬ੍ਰੇਨ ਤੋਂ ਡਰਾਪ ਹੋਣੀ ਸ਼ੁਰੂ ਹੋ ਜਾਂਦੀ ਹੈ। ਮੈਲਾਟੋਨਿਨ ਇੱਕ ਐਸਾ ਹਾਰਮੋਨ ਹੈ
ਕਿ ਜਿਹੜਾ ਡਾਰਕਨੈਸ ਤੋਂ ਸੈਂਸਿਟਿਵ ਹੈ, ਮੀਨਸ ਜਦੋਂ ਰਾਤ ਪੈਣੀ ਸ਼ੁਰੂ ਹੋਏਗੀ, ਹਨੇਰਾ ਹੋਣਾ ਸ਼ੁਰੂ ਹੋਏਗਾ, ਸਾਡੀ ਅੱਖਾਂ ਚੋਂ ਮੈਸੇਜ ਆਏਗਾ ਬ੍ਰੇਨ ਨੂੰ ਕਿ ਹਨੇਰਾ ਪੈ ਗਿਆ, ਬ੍ਰੇਨ ਮੈਲਾਟੋਨਿਨ ਬਣਾਉਣੀ ਸ਼ੁਰੂ ਕਰ ਦੇਗਾ। ਜਦੋਂ ਸਵੇਰ ਹੋਏਗੀ, ਲਾਈਟਾਂ ਸਾਡੀ ਅੱਖਾਂ ਤੇ ਸੂਰਜ ਦੀਆਂ ਪੈਣਗੀਆਂ, ਇੱਕ ਨੈਚੁਰਲ ਵੇ ਆਫ ਲਾਈਫ ਦੇ ਤੌਰ ਤੇ ਦੱਸ ਰਿਹਾ, ਤੇ ਅੱਖਾਂ ਪੈਣਗੀਆਂ ਸੂਰਜ ਦੀ, ਜਦੋਂ ਲਾਈਟ ਪੈਗੀ ਮੈਲਾਟੋਨਿਨ ਡ੍ਰਾਪ ਹੋਣਾ ਸ਼ੁਰੂ ਹੋ ਜਾਏਗਾ, ਕੋਰਟੀਸੋਲ ਹਾਰਮੋਨ ਉੱਪਰ ਜਾਣਾ ਸ਼ੁਰੂ ਹੋ ਜਾਏਗਾ। ਇਹ ਦੋ ਹਾਰਮੋਨ ਜਿਹੜੇ ਨੇ, ਕੋਰਟੀਸੋਲ ਔਰ ਮੈਲਾਟੋਨਿਨ, ਆਪਸ ਚ ਇੰਟਰਪਲੇ ਕਰਦੇ ਨੇ, ਇੱਕ ਉੱਪਰ ਜਾਂਦਾ ਦੂਸਰਾ ਥੱਲੇ ਆਉਂਦਾ, ਇੱਕ ਥੱਲੇ ਜਾਂਦਾ ਦੂਸਰਾ। ਹੁਣ ਇਹ ਲੋਕ ਜਿਹਨਾਂ ਦਾ ਦਿਮਾਗ ਰਾਤ ਨੂੰ ਬਹੁਤ ਜ਼ਿਆਦਾ ਕੰਮ ਕਰ ਰਿਹਾ ਹੁੰਦਾ ਔਰ ਉਹਨਾਂ ਨੂੰ ਨੀਂਦ ਨਹੀਂ ਫੜੀ ਜਾ ਰਹੀ ਹੁੰਦੀ, ਉਹਨਾਂ ਦੇ ਵਿੱਚ ਉਸ ਵਕਤ ਕੋਰਟੀਸੋਲ ਹਾਰਮੋਨ ਦਾ ਲੈਵਲ ਬਹੁਤ ਜ਼ਿਆਦਾ ਹਾਈ ਹੋ ਜਾਂਦਾ, ਜਦਕਿ ਰਾਤ ਦੇ ਟਾਈਮ ਕੋਰਟੀਸੋਲ ਡਾਊਨ ਹੋਣਾ ਚਾਹੀਦਾ, ਉਹਨਾਂ ਦਾ ਹਾਈ ਹੁੰਦਾ ਔਰ ਮੈਲਾਟੋਨਿਨ ਉਹਨਾਂ ਦੀ ਬਾਡੀ ਚ ਨਹੀਂ ਬਣ ਰਿਹਾ। ਇਹਦਾ ਕੀ ਹੱਲ ਹੈ? ਇਹਦੇ ਲਈ ਦੋ ਤਿੰਨ ਕੰਮ ਕਰ ਸਕਦੇ ਨੇ। ਇੱਕ ਤੇ ਜੀ ਕਹਿਣ ਲੱਗੇ, ਹੈਲੋ, ਹਾਂਜੀ, ਮੈਂ ਕਿਹਾ ਕੁਛ ਕਹਿਣ ਲੱਗੇ ਤੁਸੀਂ? ਨਹੀਂ ਨਹੀਂ ਮੈਂ ਸੁਣ ਰਿਹਾ ਸੀ ਤੁਹਾਨੂੰ। ਅੱਛਾ, ਇੱਕ ਤੇ ਜਿਵੇਂ ਮੈਂ ਕਿਹਾ ਕਿ ਮੈਲਾਟੋਨਿਨ ਦਾ ਸਪਲੀਮੈਂਟ ਲਓ, ਮੈਗਨੀਸ਼ੀਅਮ ਦਾ ਸਪਲੀਮੈਂਟ ਲਓ, ਔਰ ਤੀਸਰਾ ਕੰਮ ਇਹ, ਮੈਂ ਸਲੀਪ ਐਪਨੀਆ ਵਾਲਿਆਂ ਨੂੰ ਵੀ ਇਹ ਕਿਹਾ ਹੋਇਆ ਕਿ ਅਗਰ ਪੋਸੀਬਲ ਹੈ ਤੇ ਤੁਹਾਨੂੰ ਫਰਜ਼ ਕਰੋ ਅੱਜ ਰਾਤ ਨੀਂਦ ਨਹੀਂ ਹੈ, ਤੁਸੀਂ ਸੁਬਹਾ ਜਦੋਂ 5 ਵਜੇ ਜਾਣਾ, ਤੁਸੀਂ 5 ਵਜੇ ਜਾ ਕੇ, ਕਿਉਂਕਿ ਜਿਹਨਾਂ ਲੋਕਾਂ ਨੂੰ ਇਸ ਤਰ੍ਹਾਂ ਨੀਂਦ ਨਹੀਂ ਆਉਂਦੀ ਉਹਨਾਂ ਨੂੰ 3 ਵਜੇ ਤੋਂ ਬਾਅਦ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। 3 ਵਜੇ ਤੱਕ ਬਾਡੀ ਜਾਗਦੀ ਰਹਿੰਦੀ ਹੈ, 3 ਵਜੇ ਤੋਂ ਬਾਅਦ ਉਹਨਾਂ ਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਜਿਹਨਾਂ ਨੂੰ ਸਲੀਪ ਐਪਨੀਆ ਨਾ ਹੋਏ। ਸਲੀਪ ਐਪਨੀਆ ਵਾਲਿਆਂ ਨੂੰ ਤਾਂ ਫਿਰ ਬਿਲਕੁਲ ਹੀ ਨੀਂਦ ਨਹੀਂ ਆਉਂਦੀ, ਦਿਨ ਨਿਕਲ ਜਾਂਦਾ। ਜਿਹਨਾਂ ਨੂੰ ਸਲੀਪ ਡਿਸਟਰਬੈਂਸ ਹੁੰਦੀ ਹੈ ਉਹਨਾਂ ਨੂੰ 3-4 ਵਜੇ ਜਾ ਕੇ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹਨਾਂ ਨੂੰ ਮੈਂ ਕਹਾਂਗਾ ਕਿ ਤੁਸੀਂ ਫਿਰ 3-4 ਵਜੇ ਨਾ ਸੌਂਵੋ, ਫੋਰਸ ਕਰੋ ਆਪਣੀ ਬਾਡੀ ਨੂੰ, ਔਰ ਉਹਦੇ ਲਈ ਇਹ ਕਰੋ ਕਿ ਤੁਸੀਂ 3-4 ਵਜੇ ਜਾ ਕੇ ਸ਼ਾਵਰ ਲਵੋ। ਅੱਛਾ, ਇਹ ਹੁਣ ਜਿਹੜਾ ਸ਼ਾਵਰ ਹੈ ਇਹ ਥੋੜਾ ਜਿਹਾ ਟੋਰਚਰ ਕਰਨ ਵਾਲਾ ਪਾਰਟ ਹੈ, ਇਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਸ਼ਾਵਰ ਜਿਹੜਾ ਹੈ ਉਹ ਗਰਮ ਪਾਣੀ ਦਾ ਨਹੀਂ ਲੈਣਾ, ਉਹ ਠੰਡੇ ਪਾਣੀ ਦਾ ਲੈਣਾ। ਅਗਰ ਬਹੁਤ ਠੰਡਾ ਬਰਦਾਸ਼ਤ ਨਹੀਂ ਹੁੰਦਾ ਤੇ ਹਲਕਾ ਠੰਡਾ ਪਾਣੀ ਹੋ, ਉਹਦੇ ਲਈ ਸਟਾਰਟ ਬੇਸ਼ੱਕ ਗਰਮ ਪਾਣੀ ਤੋਂ ਕਰੋ ਔਰ ਐਂਡ ਤੇ 1-1.5 ਮਿੰਟ ਠੰਡਾ ਪਾਣੀ ਪਾਓ ਆਪਣੀ ਬਾਡੀ ਤੇ। ਜਦੋਂ ਠੰਡਾ ਪਾਣੀ ਅਸੀਂ ਆਪਣੀ ਬਾਡੀ ਤੇ ਪਾਵਾਂਗੇ, ਸਾਡੀ ਬਾਡੀ ਕੋਰਟੀਸੋਲ ਹਾਰਮੋਨ ਰਿਲੀਜ਼ ਕਰੇਗੀ, ਕੋਰਟੀਸੋਲ ਹਾਰਮੋਨ ਰਿਲੀਜ਼ ਕਰੇਗੀ, ਸਾਡਾ ਉਹ ਜਿਹੜਾ ਸਾਈਕਲ ਵਿਗੜਿਆ ਹੋਇਆ ਨਾ ਉਹ ਵਾਪਸ ਆਉਣਾ ਸ਼ੁਰੂ ਹੋ ਜਾਏਗਾ। ਯਾਨੀ ਸੁਬਹਾ ਦੇ ਟਾਈਮ ਕੋਰਟੀਸੋਲ ਹਾਰਮੋਨ ਦਾ ਲੈਵਲ ਅਪ ਹੋਣਾ ਚਾਹੀਦਾ। ਅਸੀਂ ਹੁਣ ਠੰਡੇ ਪਾਣੀ ਨਾਲ ਨਹਾ ਕੇ ਉਹ ਲੈਵਲ ਅਪ ਕਰ ਲਿਆ ਔਰ ਉਹਦੇ ਬਾਅਦ ਆਮ ਤੌਰ ਤੇ ਜਦੋਂ ਤੁਸੀਂ ਕੋਰਟੀਸੋਲ ਨਾਲ ਨਹਾ ਲੈਂਦੇ ਹੋ ਤੇ ਤੁਹਾਨੂੰ 2 ਘੰਟੇ ਬਾਅਦ ਫਿਰ ਬੜੀ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਆਪਣੇ ਆਪ ਨੂੰ ਉਸ ਦਿਨ ਸਾਰਾ ਦਿਨ ਫੋਰਸ ਕਰਨਾ, ਬਿਲਕੁਲ ਨਹੀਂ ਸੋਣਾ, ਔਰ ਸ਼ਾਮ ਦੇ ਟਾਈਮ ਤੁਸੀਂ 5-1 ਵਜੇ 6 ਵਜੇ ਆਪਣਾ ਖਾਣ ਪੀਣ ਕਰ ਲੈਣਾ ਔਰ 8-1 ਵਜੇ ਦੇ ਕਰੀਬ ਮੈਲਾਟੋਨਿਨ ਜਿਹੜਾ ਸਪਲੀਮੈਂਟ ਹੈ ਉਹ ਤੁਸੀਂ ਮਿਨੀਮਮ ਤੁਹਾਨੂੰ ਦੱਸ ਰਿਹਾ ਕਿ 20 ਮਿਲੀਗ੍ਰਾਮ ਮੈਲਾਟੋਨਿਨ ਦਾ ਕੈਪਸੂਲ ਜਾਂ ਗੋਲੀ ਜਿਸ ਸੂਰਤ ਵਿੱਚ ਵੀ ਤੁਹਾਨੂੰ ਮਿਲੇ ਉਹ ਲੈ ਲਓ ਜਾਂ 40 ਮਿਲੀਗ੍ਰਾਮ ਲੈ ਲਓ ਔਰ ਤੁਸੀਂ ਫਿਰ ਲੈਣ ਤੋਂ ਬਾਅਦ ਘੰਟੇ ਦੇ ਅੰਦਰ ਅੰਦਰ ਬੈੱਡ ਤੇ ਚਲੇ ਜਾਓ ਤੇ ਹੋਪਫੁਲੀ ਆਮ ਤੌਰ ਤੇ ਵਿਦਇਨ 24 ਆਵਰਸ ਸਲੀਪ ਸਾਈਕਲ ਜਿਹੜਾ ਹੈ ਉਹ ਰਿਸਟੋਰ ਹੋ ਜਾਂਦਾ ਹੈ ਔਰ ਉਹ ਫਿਰ ਤੁਹਾਡੀ ਰੂਟੀਨ ਠੀਕ ਹੋ ਜਾਂਦਾ। ਡਾਕਟਰ ਸਾਹਿਬ, ਇੱਕ ਬੀਬੀ ਦਾ ਮੇਰੇ ਕੋਲ ਮੈਸੇਜ ਆ
ਕਹਿੰਦੇ ਜੀ ਉਹਦੀ ਲੈਗ ਕਰੈਂਪਿੰਗ ਰਾਤ ਨੂੰ ਬਹੁਤ ਤੰਗ ਕਰਦੀ ਆ ਜੀ। ਦੇਖੋ ਲੈਗ ਕਰੈਂਪਸ ਜਿਹੜੇ ਨੇ ਜਾਂ ਮਸਕੂਲਰ ਕਰੈਂਪਸ ਜਿਹੜੇ ਨੇ, ਕਰੈਂਪਸ ਇਸ ਲਈ ਪੈਂਦੇ ਨੇ ਬਾਡੀ ਦੇ ਵਿੱਚ, ਦੋ ਉਹਦੇ ਰੀਜ਼ਨ ਹੁੰਦੇ ਨੇ। ਇੱਕ ਰੀਜ਼ਨ ਇਹ ਹੁੰਦਾ ਹੈ ਕਿ ਅਗਰ ਸੈੱਲ ਦੇ ਅੰਦਰ ਕੈਲਸ਼ੀਅਮ ਆਇਓਨ ਜਾਂ ਕੈਲਸ਼ੀਅਮ ਚਲਾ ਜਾਏ ਤੇ ਸੈੱਲ ਜਿਹੜਾ ਹੈ ਨਾ ਉਹ ਕੰਟਰੈਕਟ ਹੋ ਜਾਂਦਾ ਹੈ, ਸੁਕੜ ਜਾਂਦਾ ਹੈ। ਉਹਨੂੰ ਫਿਰ ਰਿਲੈਕਸ ਕਰਨ ਲਈ ਬਾਡੀ ਮੈਗਨੇਸ਼ੀਅਮ ਸੈੱਲ ਦੇ ਵਿੱਚ ਭੇਜਦੀ ਹੈ, ਉਹ ਰਿਲੈਕਸ ਹੋ ਜਾਂਦਾ ਹੈ। ਇੱਕ ਸਿਸਟਮ ਰੱਬ ਨੇ ਬਣਾਇਆ ਕਿ ਮੈਗਨੇਸ਼ੀਅਮ ਔਰ ਕੈਲਸ਼ੀਅਮ ਇੰਟਰਪਲੇ ਕਰਦੇ ਨੇ, ਉਹਦੀ ਵਜ੍ਹਾ ਨਾਲ ਸਾਡੇ ਸੈੱਲ ਜਿਹੜੇ ਨੇ ਕੰਟਰੈਕਟ ਹੁੰਦੇ ਨੇ, ਰਿਲੈਕਸ ਹੁੰਦੇ ਨੇ, ਬੰਦ ਹੁੰਦੇ ਨੇ, ਖੁੱਲਦੇ ਨੇ। ਜਿਹਨਾਂ ਲੋਕਾਂ ਦੀ ਬਾਡੀ ਦੇ ਵਿੱਚ ਮੈਗਨੇਸ਼ੀਅਮ ਦੀ ਕਮੀ ਹੁੰਦੀ ਹੈ ਉਹਨਾਂ ਲੋਕਾਂ ਨੂੰ ਕਰੈਂਪਸ ਦੇ ਇਸ਼ੂ ਆ ਜਾਂਦੇ ਨੇ, ਕਿਉਂਕਿ ਕੈਲਸ਼ੀਅਮ ਉਹਨਾਂ ਦਾ ਐਬਨੋਰਮਲ ਹੁੰਦਾ ਹੈ, ਮੈਗਨੇਸ਼ੀਅਮ ਘੱਟ ਹੁੰਦਾ ਹੈ, ਉਹ ਜ਼ਿਆਦਾਤਰ ਫਿਰ ਉਹਨਾਂ ਦੇ ਮਸਲ ਜਿਹੜੇ ਨੇ ਉਹ ਕੰਟਰੈਕਟ ਹੋ ਜਾਂਦੇ ਨੇ, ਕਰੈਂਪਸ ਵਿੱਚ ਆ ਜਾਂਦੇ ਨੇ। ਤੇ ਇਹਦੇ ਲਈ ਦੋ ਤਰੀਕੇ ਨੇ। ਇੱਕ ਤੇ ਉਹਨਾਂ ਨੂੰ ਮੈਗਨੇਸ਼ੀਅਮ ਦੀ ਕਮ ਅਜ਼ ਕਮ ਸੌਣ ਤੋਂ ਘੰਟਾ ਪਹਿਲੇ 1 ਗ੍ਰਾਮ ਦੀ 1000 ਮਿਲੀਗ੍ਰਾਮ ਦਾ ਕੈਪਸੂਲ ਜਿਹੜਾ ਹੈ ਉਹ ਲੈਣਾ ਚਾਹੀਦਾ ਹੈ ਮੈਗਨੇਸ਼ੀਅਮ ਦਾ। ਔਰ ਇਹਦੇ ਇਲਾਵਾ ਕੁਛ ਦਿਨ ਲਈ ਅਗਰ ਉਹਨਾਂ ਦੇ ਘਰ ਬਾਥ ਟੱਬ ਹੈ ਤੇ ਬਾਥ ਟੱਬ ਦੇ ਵਿੱਚ 1 ਕਿਲੋ ਐਪਸਮ ਸੋਲਟ ਨਹਾਉਣ ਵਾਲਾ, ਖਾਣ ਵਾਲਾ ਨਹੀਂ, ਖਾਣ ਵਾਲਾ ਮਹਿੰਗਾ ਪੈ ਜਾਏਗਾ, ਨਹਾਉਣ ਵਾਲਾ ਐਪਸਮ ਸੋਲਟ ਜਿਹੜਾ ਹੈ ਉਹ ਆਮ ਤੌਰ ਤੇ 1 ਪਾਉਂਡ ਦਾ ਕਿਲੋ ਮਿਲ ਜਾਂਦਾ ਹੈ, ਤੇ 1 ਕਿਲੋ ਬਾਥ ਟੱਬ ਵਿੱਚ ਗਰਮ ਪਾਣੀ ਚ ਬਾਥ ਟੱਬ ਵਿੱਚ ਪਾਉਣ ਔਰ ਉਸ ਬਾਥ ਟੱਬ ਵਿੱਚ ਲੇਟ ਜਾਣ, ਯਾਨੀ ਇਹਨਾਂ ਆਪਣੇ ਆਪ ਨੂੰ ਡਿਪ ਕਰਕੇ ਲੇਟ ਜਾਣ 30 ਮਿੰਟ 40 ਮਿੰਟ ਬਾਥ ਟੱਬ ਵਿੱਚ ਬੈਠੇ ਰਹਿਣ ਤਾਂ ਕਿ ਉਹਨਾਂ ਦੀ ਬਾਡੀ ਉਸ ਐਪਸਮ ਸੋਲਟ ਨੂੰ ਐਬਜ਼ੋਰਬ ਕਰ ਲਵੇ, ਔਰ ਉਸ ਤੋਂ ਬਾਅਦ ਨੀਮ ਗਰਮ ਪਾਣੀ ਨਾਲ ਨਹਾ ਕੇ ਤੇ ਸੌ ਜਾਣ, ਤੇ ਉਹਨਾਂ ਨੂੰ ਹੋਪਫੁਲੀ ਕਰੈਂਪ ਜਿਹੜੇ ਨੇ ਉਹ ਜਲਦੀ ਉਹਨਾਂ ਦੇ ਖਤਮ ਹੋ ਜਾਣ। ਸੋ ਪਿਆਰੇ ਦਰਸ਼ਕੋ, ਬਹੁਤ ਸਾਰੀਆਂ ਸੰਗਤਾਂ ਟੀਵੀ ਤੇ ਓਪਨ ਨਹੀਂ ਆਉਣਾ ਚਾਹੁੰਦੀਆਂ, ਵੀ ਸ਼ੋਅ ਨਹੀਂ ਕਰਨਾ ਚਾਹੁੰਦੀਆਂ। ਤੁਹਾਡਾ ਫਿਰ ਵੀ ਬਹੁਤ ਬਹੁਤ ਧੰਨਵਾਦ, ਮੈਨੂੰ ਜਿਹੜੇ ਮੈਸੇਜ ਵੀ ਭੇਜਦੇ ਆ। ਨਾਲ ਹੀ ਮੈਂ ਇੱਕ ਜ਼ਰੂਰ ਤੁਹਾਨੂੰ ਬੇਨਤੀ ਕਰਦਾ, ਜੇ ਮੇਰੇ ਕੋਈ ਸਰੀਰ ਨੂੰ ਕੋਈ ਤਕਲੀਫ ਹੈ, ਇਹ ਲੁਕਾਉਣ ਦੀ ਕੋਈ ਗੱਲ ਨਹੀਂ, ਜਦੋਂ ਅਸੀਂ ਹਸਪਤਾਲਾਂ ਵਿੱਚ ਵੀ ਜਾਣੇ ਤਾਂ ਉਦੋਂ ਵੀ ਤੁਸੀਂ ਓਪਨਲੀ ਉੱਥੇ ਡਾਕਟਰਾਂ ਦੇ ਵਿੱਚ ਸਾਹਮਣੇ ਜਾਂ ਸੰਗਤਾਂ ਦੇ ਸਾਹਮਣੇ ਬੈਠੇ ਹੁੰਦੇ ਆ। ਨੰਬਰ 1, ਜੇ ਤੁਸੀਂ ਆਪਣੀ ਬਿਮਾਰੀ ਨੂੰ ਲੁਕੋਵੋਗੇ ਤਾਂ ਫਿਰ ਮੈਂ ਉੱਥੇ ਫਿਰ ਅਖੀਰਲੀ ਗੱਲ ਕਰਦਾ ਵੀ ਤੁਹਾਡੇ ਸਰੀਰ ਨਾਲ ਤੁਸੀਂ ਧੋਖਾ ਕਰ ਰਹੇ ਆ। 1, ਡਾਕਟਰ ਸਾਹਿਬ ਤੁਹਾਨੂੰ ਬੜੇ ਪਿਆਰ ਨਾਲ ਸੁਣਦੇ ਆ, ਹਰ ਗੱਲ ਨੂੰ ਪ੍ਰੋਪਰਲੀ ਐਕਸਪਲੇਨ ਕਰਦੇ ਨੇ, ਜੜ੍ਹ ਤੱਕ ਜਾਂਦੇ ਨੇ, ਜੜ੍ਹ ਕਿੱਥੋਂ ਆ ਔਰ ਉਹਦਾ ਸਹੀ ਇਲਾਜ ਦੱਸ ਰਹੇ। ਨੰਬਰ 2, ਨੰਬਰ 3 ਦੇ ਉੱਤੇ ਅਗਰ ਤੁਸੀਂ ਇੱਥੇ ਟੀਵੀ 'ਤੇ ਨਹੀਂ ਆਉਣਾ ਚਾਹੁੰਦੇ, ਡਾਕਟਰ ਸਾਹਿਬ ਦਾ ਮੈਂ ਬਹੁਤ ਵਾਰੀ ਨੰਬਰ ਪਹਿਲੇ ਵੀ ਦੱਸਦਾ, ਅੱਜ ਵੀ ਦੱਸ ਰਿਹਾ, ਅੱਗੋਂ ਵੀ ਦੱਸੂੰਗਾ। ਡਾਕਟਰ ਸਾਹਿਬ ਦੇ 2 ਨੰਬਰ ਹੈ, ਪਹਿਲਾ ਨੰਬਰ 02087675769, ਦੂਸਰਾ ਨੰਬਰ ਜਿਹੜਾ ਇਹਨਾਂ ਦਾ ਹੈ ਉਹ ਸਾਡੇ ਜਿਹੜਾ 07476005227। ਡਾਕਟਰ ਸਾਹਿਬ 1 ਮਿੰਟ, ਮੈਂ ਟੈਲੀਫੋਨ ਆ ਗਿਆ। ਹਾਂਜੀ ਭੈਣ ਜੀ, ਹਾਂਜੀ ਭੈਣ ਜੀ, ਜੈ ਗੁਰਦੇਵ। ਜੈ ਗੁਰਦੇਵ ਭਾਜੀ। ਹਾਂਜੀ ਭੈਣ ਜੀ, ਜੀ ਮੈਂ ਪੁੱਛਣਾ ਸੀ, ਮੈਂ ਕਿਹਾ ਸੀ ਡਾਕਟਰ ਸਾਹਿਬ ਨੂੰ ਪੁੱਛਣਾ ਸੀਗਾ ਵੀ ਮੈਨੂੰ 3-4 ਸਾਲ ਹੋ ਗਏ ਕਹਿੰਦੇ ਨੂੰ ਵੀ ਸ਼ੂਗਰ, ਕਹਿੰਦੇ ਬਾਰਡਰ ਲਾਈਨ ਤੇ ਆ,
ਤੇ ਹੁਣ ਉਹ ਕਹਿੰਦੇ ਆ ਵੀ ਗੋਲੀ ਲਾਉਣੀ ਆ ਸ਼ੂਗਰ ਦੀ, ਤੇ ਉਹਦੇ ਬਾਰੇ ਤੁਸੀਂ ਕੁਝ ਦੱਸ ਸਕਦੇ ਆ ਡਾਕਟਰ ਸਾਹਿਬ, ਮੈਨੂੰ ਗੋਲੀ ਨਾ ਲਾਈ ਜਾਏ। ਭੈਣ ਜੀ ਡਾਕਟਰ ਸਾਹਿਬ ਨੂੰ ਸੁਣੋ, ਹੁਣ ਤੁਸੀਂ ਕੀ ਕਹਿੰਦੇ, ਟੈਲੀਫੋਨ ਰੱਖ ਦਿਓ ਛੱਕ ਦੇ। ਅੱਛਾ, ਦੂਜਾ ਨਹੀਂ, ਦੂਜਾ ਕੁਐਸਚਨ ਇਹ ਆ ਕਿ ਮੇਰੇ ਅੱਖ 'ਚ ਕਹਿੰਦੇ ਵੀ ਜ਼ਖਮ ਆ, ਟੀਕਾ ਕਹਿੰਦੇ ਟੀਕੇ ਤਾਂ ਲੱਗਣੇ ਆ, ਉਹਦੇ ਬਾਰੇ ਵੀ ਮੈਨੂੰ ਪੁੱਛ ਕੇ ਦੱਸਿਓ ਪਲੀਜ਼। ਤੁਹਾਨੂੰ ਹੁਣ ਤੁਸੀਂ ਸੁਣੋ, ਤੁਹਾਨੂੰ ਸਿੱਧੀ ਗੱਲ ਕਰਨਗੇ, ਬਾਕੀ ਮੈਂ ਵੀ ਤੁਹਾਨੂੰ ਦੱਸ ਦੂੰਗਾ। ਹਾਂਜੀ ਡਾਕਟਰ ਸਾਹਿਬ। ਬਾਬਾ ਹਾਂਜੀ, ਦੇਖੋ ਸ਼ੰਕਰ ਸਾਹਿਬ, ਜਿਹੜੀ ਪ੍ਰੀ ਡਾਇਬੈਟਿਕ ਕੰਡੀਸ਼ਨ ਹੈ ਇਹ ਤੇ ਇੰਤਹਾਈ ਆਸਾਨੀ ਨਾਲ ਰਿਵਰਸ ਹੋ ਜਾਂਦੀ ਹੈ, ਲੇਕਿਨ ਉਹਦੇ ਲਈ ਜਿਵੇਂ ਮੈਂ ਬਾਰ ਬਾਰ ਕਹਿੰਦਾ ਹੁੰਦਾ ਕਿ ਲਿਵਰ ਜਿਹੜਾ ਹੈ ਉਹ ਬਹੁਤ ਵੱਡਾ ਪਲੇਅਰ ਹੈ ਸਾਡੀ ਇੰਟਰਨਲ ਹੈਲਥ ਦਾ। ਡਾਇਬਿਟੀਜ਼ ਇੱਕ ਮੈਟਾਬੋਲਿਕ ਪ੍ਰੋਬਲਮ ਹੈ, ਮੈਟਾਬੋਲਿਕ ਡਿਸਆਰਡਰ ਹੈ, ਔਰ ਬਾਡੀ ਦੇ ਇੰਟਰਨਲ ਮੈਟਾਬੋਲਿਜ਼ਮ ਦਾ ਜਿਹੜਾ ਸਭ ਤੋਂ ਵੱਡਾ ਮੈਨੇਜਰ ਹੈ ਉਹ ਲਿਵਰ ਹੈ। ਤੇ ਇਹਨਾਂ ਨੂੰ, ਭੈਣ ਜੀ ਨੂੰ ਮੈਂ ਇਹ ਸੁਜੈਸਟ ਕਰਾਂਗਾ ਕਿ ਇੱਕ ਤਾਂ ਲਿਵਰ ਡੀਟੌਕਸ ਕਰਨ, ਲਿਵਰ ਨੂੰ ਕਲੀਨ ਕਰਨ, ਔਰ ਲਿਵਰ ਦਾ ਫੰਕਸ਼ਨ ਜਦੋਂ ਇੰਪਰੂਵ ਹੋਏਗਾ, ਔਰ ਨਾਲ ਹੀ ਕੁਛ ਟਾਈਮ ਲਈ, ਅਗਰ ਇਹ ਚਾਹੁੰਦੇ ਨੇ ਕਿ ਅੰਗਰੇਜ਼ੀ ਦਵਾਈ ਮੇਰੀ ਜ਼ਿੰਦਗੀ 'ਚ ਨਾ ਆਏ, ਮੈਂ ਨਸ਼ੇ ਦੀ ਗੋਲੀਆਂ ਤੋਂ ਬਚੀ ਰਹਾਂ, ਕਿਉਂਕਿ ਇਹ ਡਰੱਗਸ ਹੁੰਦੀਆਂ ਨੇ, ਇਹ ਜ਼ਹਿਨ 'ਚ ਰੱਖ ਲਓ, ਇਹ ਦਵਾਈਆਂ ਨਹੀਂ ਹੁੰਦੀਆਂ, ਮੈਡੀਸਨ ਨਹੀਂ, ਇਹ ਖੁਦ ਕਹਿੰਦੇ ਨੇ ਕਿ ਮੈਂ ਤੈਨੂੰ ਇਹ ਡਰੱਗ ਦੇਣ ਲੱਗਾ ਔਰ ਤੂੰ ਸਾਰੀ ਜ਼ਿੰਦਗੀ ਇਹ ਡਰੱਗ ਖਾਣੀ ਹੈ। ਤੇ ਅਗਰ ਤੁਸੀਂ ਚਾਹੁੰਦੇ ਹੋ ਕਿ ਇਹਨਾਂ ਗੋਲੀਆਂ ਤੋਂ ਬਚੇ ਰਹੋ, ਤੇ ਫਿਰ ਇੱਕ ਡਾਇਆ ਕੇਅਰ ਬਹੁਤ ਅੱਛਾ ਸਪਲੀਮੈਂਟ ਹੈ, ਉਹਦੇ ਵਿੱਚ ਅਸੀਂ ਬਰਬਰੀਨ ਸਲਫੇਟ ਪਾਈ ਹੋਈ ਹੈ। ਅਗਰ ਤੁਸੀਂ ਸਾਡੇ ਕੋਲੋਂ ਨਹੀਂ ਲੈਣਾ ਚਾਹੁੰਦੇ, ਬਰਬਰੀਨ ਸਲਫੇਟ ਨੂੰ ਤੁਸੀਂ ਗੂਗਲ ਕਰ ਲਓ, ਉਹ ਮੈਟਫੋਰਮੀਨ ਤੋਂ ਮੈਨੀ ਮੈਨੀ ਟਾਈਮ ਜ਼ਿਆਦਾ ਸਟਰੋਂਗ ਰੱਬ ਦਾ ਬਣਾਇਆ ਹੋਇਆ ਇੱਕ ਕੈਮੀਕਲ ਹੈ ਜਿਹੜਾ ਪਲਾਂਟ ਵਿੱਚ ਹੁੰਦਾ। ਅਸੀਂ ਜਿਹੜਾ ਡਾਇਕੇਅਰ ਦਾ ਫਾਰਮੂਲਾ ਬਣਾਇਆ ਹੋਇਆ ਉਹਦੇ 'ਚ ਅਸੀਂ ਬਰਬਰੀਨ ਸਲਫੇਟ ਪਾਈ ਹੋਈ ਹੈ, ਐਨ ਏਸੀਟਾਈਲ ਸਿਸਟੀਨ ਪਾਈ ਹੋਈ ਹੈ, ਕ੍ਰੋਮੀਅਮ ਪਾਈ ਹੋਈ ਹੈ, ਹੋਰ ਵੀ ਚੀਜ਼ਾਂ ਪਾਈਆਂ ਹੋਈਆਂ ਨੇ। ਇੱਕ ਅਸੀਂ ਉਹਦੇ 'ਚ ਇੱਕ ਸੋਲਟ ਪਾਇਆ ਹੋਇਆ, ਉਹਨੂੰ ਵੈਨਡਾਇਲ ਸਲਫੇਟ ਕਹਿੰਦੇ ਨੇ, ਇਹ ਵੀ ਪਲਾਂਟ ਵਿੱਚੋਂ ਨਿਕਲਦਾ, ਇਨਸੁਲੀਨ ਦੀ ਤਰ੍ਹਾਂ ਕੰਮ ਕਰਦਾ, ਰੱਬ ਨੇ ਇੱਕ ਨੈਚੁਰਲ ਇਨਸੁਲੀਨ ਪਲਾਂਟ ਦੇ ਵਿੱਚ ਪਾਈ ਹੋਈ ਹੈ। ਤੇ ਡਾਇਕੇਅਰ ਉਸ ਸਪਲੀਮੈਂਟ ਦਾ ਨਾਂ ਹੈ। ਅਗਰ ਤੁਸੀਂ ਉਹ ਲੈ ਲਓ ਔਰ ਲਿਵਰ ਡੀਟੌਕਸ ਕਰ ਲਓ ਤੇ ਤੁਹਾਡੀ ਜਿਹੜੀ ਪ੍ਰੀ ਡਾਇਬੈਟਿਕ ਹੈਲਥ ਕੰਡੀਸ਼ਨ ਹੈ ਬਿਲਕੁਲ ਠੀਕ ਹੋ ਜਾਏਗੀ। ਦੂਸਰੀ ਗੱਲ ਜਿਹੜੀ ਮੈਨੂੰ ਸਮਝ ਆਈ ਹੈ, ਤੁਸੀਂ ਕਹਿ ਰਹੇ ਸੀ ਕਿ ਮੇਰੀ ਅੱਖ ਦੇ ਵਿੱਚ ਜ਼ਖਮ ਹੈ ਔਰ ਉਹ ਟੀਕੇ ਲਾਉਣਾ ਚਾਹੁੰਦੇ, ਹੁਣ ਮੈਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਦਾ ਜ਼ਖਮ ਹੈ ਤੁਹਾਡੀ ਅੱਖ 'ਚ, ਮਿਹਰਬਾਨੀ ਕਰੋ ਇਹ ਟੀਕੇ ਲਵਾਉਣ ਤੋਂ ਪਹਿਲੇ ਇੱਕ ਵਾਰੀ ਮੇਰੇ ਨਾਲ ਗੱਲ ਕਰ ਲੈਣਾ, ਕਾਲ ਤੁਸੀਂ ਲੈ ਲਓ ਫਿਰ ਮੈਂ ਮਤੀ ਸਿੰਘ। ਹਾਂਜੀ ਜੈ ਗੁਰਦੇਵ ਜੀ। ਜੈ ਗੁਰਦੇਵ ਜੀ। ਹਾਂਜੀ ਬੀਬੀ ਜੀ, ਕੌਣ ਬੋਲਦੇ? ਡਾਕਟਰ ਸਾਹਿਬ ਬੋਲਦੇ? ਹਾਂਜੀ ਡਾਕਟਰ ਸਾਹਿਬ ਨਾਲ ਤੁਹਾਡੀ ਗੱਲ ਹੋ ਰਹੀ ਸੀ, ਕੌਣ ਬੋਲਦੇ ਬੀਬੀ ਜੀ? ਹਾਂਜੀ ਮੈਂ ਚਰਨ ਕੌਰ ਤੁਹਾਡੀ ਬੋਲਦੀ ਆ, ਤਾਂ ਮੈਂ ਆਪਣੇ ਪੈਰਾਂ ਵਾਸਤੇ ਪੁੱਛਣਾ। ਹਾਂਜੀ ਬੀਬੀ, ਤੁਹਾਨੂੰ ਡਾਕਟਰ ਸਾਹਿਬ ਸੁਣ ਰਹੇ, ਉਹਨਾਂ ਨਾਲ ਸਿੱਧੀ ਗੱਲ ਕਰੋ। ਅੱਛਾ ਜੀ, ਥੈਂਕ ਯੂ ਜੀ। ਹਾਂਜੀ ਡਾਕਟਰ ਸਾਹਿਬ ਸੁਣ ਰਹੇ ਤੁਹਾਨੂੰ? ਅੱਛਾ ਜੀ, ਮੇਰੇ ਨਾ ਪੈਰ ਬਹੁਤ ਗਰਮ ਰਹਿੰਦੇ ਯਾਰ, ਇੰਨੀ ਹੀਟ ਰਹਿੰਦੀ ਪੈਰਾਂ ਨੂੰ। ਅੱਛਾ ਠੀਕ ਹੈ, ਹੋਰ ਕੋਈ ਤਕਲੀਫ? ਹਾਂ ਹੋਰ ਤਕਲੀਫ ਵੀ ਹੈਗੀ ਆ, ਪਰ ਇਹ ਮੈਨੂੰ ਬਹੁਤ ਤੰਗ ਕਰਦੀ ਆ ਉਹਦਾ ਤਾਂ ਮੇਰਾ। ਤੁਹਾਨੂੰ ਬੀਬੀ ਜੀ ਡਾਕਟਰ ਸਾਹਿਬ ਕੋਲ ਪੁੱਛਣਾ ਚਾਹੁੰਦੇ ਆ, ਹਾਂਜੀ ਪੈਰਾਂ ਦੀ ਤਲੀਆਂ ਚੋਂ ਸੇਕ ਨਿਕਲਦਾ ਤੁਹਾਡੀਆਂ, ਪੈਰਾਂ ਦੀ ਤਲੀਆਂ ਚੋਂ ਸਾੜ ਪੈਂਦਾ ਹੈ ਜਾਂ ਪੂਰੇ ਪੈਰ ਹੀ ਗਰਮ ਰਹਿੰਦੇ? ਸਾਰੇ ਪੈਰ ਸਾਰੇ ਪੈਰ ਸੇਕ ਨਿਕਲਦਾ ਰਿਹਾ ਜੀ। ਠੀਕ ਹੈ, ਮੈਨੂੰ ਇਹ ਦੱਸੋ ਜਿੱਦਾਂ ਦੁੱਖ ਦੇ ਬਹੁਤ ਹੈ, ਜਿੱਦਾਂ ਵੀ ਸੁੱਜੇ ਸੁੱਜੇ ਹੁੰਦੇ।
ਪਰ ਪਤਾ ਨਹੀਂ ਮੈਨੂੰ ਕੀ ਗੱਲ ਹੈ। ਮੈਂ ਸਮਝ ਜੀ ਜੀ ਮੈਨੂੰ ਥੋੜੀ ਜੀ ਸਮਝ ਆ ਰਹੀ ਹੈ ਕਿ ਤੁਹਾਨੂੰ ਕੀ ਗੱਲ ਹੈ। ਤੁਸੀਂ ਮੈਨੂੰ ਇੱਕ ਦੋ ਗੱਲਾਂ ਦਾ ਜਵਾਬ ਅਗਰ ਦੇ ਦਿਓ ਤੇ ਮੈਂ ਇੱਥੇ ਤੁਹਾਨੂੰ ਥੋੜਾ ਜਿਹਾ ਸਮਝਾ ਦਿਆਂਗਾ। ਤੁਸੀਂ ਮੈਨੂੰ ਇਹ ਦੱਸੋ ਕਿ ਕਦੇ ਤੁਹਾਨੂੰ ਬੱਚਿਆਂ ਦੀ ਡਿਲੀਵਰੀ ਦੇ ਦੌਰਾਨ ਐਪੀਡੂਰਲ ਇੰਜੈਕਸ਼ਨ ਤੇ ਨਹੀਂ ਲੱਗਿਆ ਸੀ ਟੂਈ ਦੇ ਵਿੱਚ? ਨਹੀਂ ਜੀ, ਕੋਈ ਨਹੀਂ ਲੱਗਾ। ਨਹੀਂ ਡਾਕਟਰ ਸਾਹਿਬ, ਤੁਹਾਡੇ ਬੱਚਿਆਂ ਦੀ ਡਿਲੀਵਰੀ, ਤੁਹਾਡੀ ਬੱਚਿਆਂ ਦੀ ਡਿਲੀਵਰੀ ਨਾਰਮਲ ਹੋਈ ਸੀ? ਹਾਂਜੀ ਹਾਂਜੀ, ਬਹੁਤ ਵਧੀਆ ਸਹੀ ਸੀਗੀ। ਅੱਛਾ ਠੀਕ ਹੈ, ਮੈਨੂੰ ਇਹ ਦੱਸੋ ਕਿ ਤੁਸੀਂ ਪੈਰਾਂ ਦੇ ਭਾਰ ਬਹਿ ਜਾਂਦੇ ਹੋ? ਨਹੀਂ, ਮੇਰੇ ਆਪਰੇਸ਼ਨ ਹੋਇਆ, ਮੈਂ ਪੈਰਾਂ ਦੇ ਭਾਰ ਬੈਠ ਨਹੀਂ ਸਕਦੀ। ਆਪਰੇਸ਼ਨ ਕਿਸ ਚੀਜ਼ ਦਾ ਹੋਇਆ? ਨਾ ਬੈਗ ਦਾ ਹੋਇਆ ਹੈ। ਹਾਂ ਜੀ, ਤੇ ਫਿਰ ਇਹੀ ਮੈਂ ਤੁਹਾਨੂੰ ਬੈਗ ਦਾ ਹੀ ਪੁੱਛ ਰਿਹਾ ਸੀ ਨਾ ਕਿ ਅਸਲ ਇਸ਼ੂ ਤੁਹਾਡੀ ਬੈਕ ਵਿੱਚ ਹੈ। ਤੁਹਾਡੀ ਜਿਹੜੀ ਲੋਅਰ ਬੈਕ ਹੈ ਉਹਦੇ ਵਿੱਚ ਬਹੁਤ ਵੱਡੀ ਗੜਬੜ ਹੈ। ਆਮ ਤੌਰ ਤੇ ਜਿਹਨਾਂ ਔਰਤਾਂ ਦਾ ਬੱਚਿਆਂ ਦੀ ਡਿਲੀਵਰੀ ਦੇ ਦੌਰਾਨ ਬੈਕ ਵਿੱਚ ਇੰਜੈਕਸ਼ਨ ਲੱਗ ਜਾਏ ਤੇ ਉਹਨਾਂ ਨੂੰ ਇਹ ਪ੍ਰੋਬਲਮ ਲਾਜ਼ਮੀ ਹੋ ਜਾਂਦੀ ਹੈ ਜੀ। ਅੱਛਾ ਜੀ, ਮੇਰਾ ਖਿਆਲ ਕਾਲ ਬੰਦ ਕਰ ਦਿਓ, ਮੈਂ ਜਵਾਬ ਦੇ ਦਿੰਦਾ। ਹਾਂਜੀ। ਅੱਛਾ, ਜਿਵੇਂ ਮੈਂ ਇਹਨਾਂ ਨੂੰ ਭੈਣ ਜੀ ਨੂੰ ਦੱਸ ਰਿਹਾ ਸੀ, ਇਸ ਲਈ ਮੈਂ ਇਹਨਾਂ ਕੋਲੋਂ ਪੁੱਛਿਆ ਸੀ ਕਿ ਤੁਹਾਨੂੰ ਤੁਹਾਡੇ ਜਿਹੜੇ ਬੱਚਿਆਂ ਦੀ ਡਿਲੀਵਰੀ ਹੈ ਉਹ ਨਾਰਮਲ ਹੋਈ ਸੀ ਜਾਂ ਸਜ਼ੇਰੀਅਨ ਹੋਇਆ ਸੀ ਜਾਂ ਬੈਕ ਵਿੱਚ ਇੰਜੈਕਸ਼ਨ ਤੇ ਨਹੀਂ ਸੀ ਲੱਗਿਆ, ਕਿਉਂਕਿ ਮੈਂ ਪਹੁੰਚਣਾ ਚਾਹ ਰਿਹਾ ਸੀ ਕਿ ਮੈਨੂੰ ਸ਼ੱਕ ਸੀ ਕਿ ਇਹਨਾਂ ਦੀ ਬੈਕ ਵਿੱਚ ਕੋਈ ਨਾ ਕੋਈ ਕਾਰਵਾਈ ਜ਼ਰੂਰ ਇਸ ਮੈਡੀਕਲ ਸਿਸਟਮ ਵੱਲੋਂ ਹੋਈ ਹੈ। ਹੁਣ ਇਹਨਾਂ ਨੇ ਦੱਸਿਆ ਹੈ ਕਿ ਮੇਰੀ ਬੈਕ ਦੇ ਵਿੱਚ ਆਪਰੇਸ਼ਨ ਹੋਇਆ ਔਰ ਕੁਛ ਹੋਇਆ। ਭੈਣ ਜੀ, ਤੁਹਾਡਾ ਸਾਰਾ ਪ੍ਰੋਬਲਮ ਜਿਹੜਾ ਹੈ ਲੋਅਰ ਬੈਕ ਤੋਂ ਆ ਰਿਹਾ, ਲੰਬਰ ਰੀਜਨ ਚੋਂ ਆ ਰਿਹਾ, L4 ਔਰ L5 ਮੋਹਰੇ ਜਿਹੜੇ ਨੇ ਔਰ S1 ਇਹਨਾਂ ਮੋਹਰਿਆਂ ਦੇ ਵਿੱਚ ਟ੍ਰਬਲ ਹੈ। ਇੱਥੋਂ ਨਰਵ ਟ੍ਰੈਪ ਹੋ ਰਹੀ ਹੈ, ਤੁਹਾਡੇ ਪੈਰਾਂ 'ਚ ਕੋਈ ਪ੍ਰੋਬਲਮ ਨਹੀਂ ਹੈ, ਪੈਰ ਠੀਕ ਨੇ, ਇੱਕ ਨਰਵ ਜਿਹੜੀ ਹੈ ਉਹ ਰੋਂਗ ਸਿਗਨਲ ਦੇ ਰਹੀ ਹੈ। ਇਹ ਕਿਵੇਂ ਠੀਕ ਹੋ ਸਕਦਾ ਇਹਦੇ ਬਾਰੇ 'ਚ ਬਿਹਤਰ ਹੈ ਮੇਰੇ ਨਾਲ ਗੱਲ ਕਰਨਾ, ਮੈਂ ਸਮਝਾ ਦੇਣਾ, ਤੁਸੀਂ ਕਾਲ ਲੈ ਲਓ। ਹਾਂਜੀ, ਜੈ ਗੁਰਦੇਵ ਜੀ। ਹਾਂਜੀ, ਜੈ ਗੁਰਦੇਵ ਭਾਜੀ। ਹਾਂਜੀ, ਮੇਰੇ ਨਾ ਬੀਬੀ ਜੀ ਕੌਣ ਬੋਲਦੇ ਆ? ਮੈਂ ਕਰਮਜੀਤ ਬੋਲਦੀ ਹਾਂ, ਸਲੋਹ ਤੋਂ। ਅੱਛਾ ਬੀਬੀ ਕਰਮਜੀਤ। ਹਾਂਜੀ, ਮੇਰੇ ਨਾ ਆਪਣੇ ਕੰਨਾਂ ਚੋਂ ਆਵਾਜ਼ ਬਹੁਤ ਆਉਂਦੀ ਆ, ਰਾਤ ਨੂੰ ਨੀਂਦ ਨਹੀਂ ਆਉਂਦੀ, ਦਿਨੇ ਵੀ ਮੈਨੂੰ ਆਵਾਜ਼ ਗੱਲਾਂ ਬਾਤਾਂ ਕੋਈ ਕਰਦਾ ਹੋਵੇ ਨਾ ਮੈਨੂੰ ਘਬਰਾਹਟ ਆਉਂਦੀ ਆ। ਹੋਰ ਕੋਈ ਤਕਲੀਫ ਭੈਣ ਜੀ? ਨਹੀਂ, ਇਹ ਜ਼ਿਆਦਾ ਤਕਲੀਫ ਆ। ਹਾਂਜੀ, ਫਿਰ ਡਾਕਟਰ ਸਾਹਿਬ ਨੂੰ ਤੁਸੀਂ ਸੁਣੋ, ਡਾਕਟਰ ਸਾਹਿਬ ਨੇ ਸਮਝ ਲਿਆ ਤੁਹਾਨੂੰ, ਹੁਣ ਤੁਹਾਨੂੰ ਡਾਕਟਰ ਸਾਹਿਬ ਸਲਾਹ ਦੇਣਗੇ। ਅੱਛਾ ਜੀ, ਥੈਂਕ ਯੂ ਬੀਬੀ ਜੀ। ਹਾਂਜੀ ਡਾਕਟਰ ਸਾਹਿਬ। ਹਾਂਜੀ, ਇਹਨਾਂ ਨੂੰ ਨਾ ਕਰਮਜੀਤ ਸਾਹਿਬਾਂ ਨੂੰ ਟਿਨਾਈਟਿਸ ਦਾ ਇਸ਼ੂ ਹੈ, ਇਹਨੂੰ ਅਸੀਂ ਟਿਨਾਈਟਿਸ ਕਹਿੰਦੇ ਹਾਂ ਕਿ ਕੰਨਾਂ ਦੇ ਵਿੱਚ ਸੀਟੀ ਦੀ ਆਵਾਜ਼ ਆਉਣਾ, ਸ਼ੋਰ ਆਉਣਾ ਔਰ ਇਹ ਸਾਰਾ ਪ੍ਰੋਬਲਮ ਆਉਣਾ। ਇਹ ਵੀ ਸਰਵਾਈਕਲ ਬੋਨ ਦਾ ਇਸ਼ੂ ਹੈ, ਇਹਨਾਂ ਦੀ ਨਰਵ ਜਿਹੜੀ ਹੈ ਨੈਕ ਤੋਂ ਟ੍ਰੈਪ ਹੋਈ ਹੋਈ ਹੈ, ਇਹਨਾਂ ਨੂੰ ਨੈਕ ਦਾ ਇਸ਼ੂ ਹੈ। ਇਹਨਾਂ ਨੂੰ ਨੈਕ ਇੱਕ ਤੇ ਇਹ ਦੋ ਤਿੰਨ ਕੰਮ ਕਰਨ, ਪਹਿਲਾ ਕੰਮ ਤੇ ਇਹ ਕਰਨ ਕਿ ਅਗਰ ਸਿਰਾਣਾ ਮੋਟਾ ਯੂਜ਼ ਕਰਦੇ ਹੋ ਤੁਸੀਂ ਭੈਣ ਜੀ ਤੇ ਉਹ ਪਲੀਜ਼ ਪਤਲਾ ਕਰ ਦਿਓ, ਜਾਂ ਕੁਛ ਟਾਈਮ ਲਈ ਅਗਰ ਪੋਸੀਬਲ ਹੈ ਤੇ ਸਿਰਾਣਾ ਬਿਲਕੁਲ ਇਸਤੇਮਾਲ ਕਰਨਾ ਬੰਦ ਕਰ ਦਿਓ। ਦੂਸਰਾ ਕੰਮ ਇਹ ਕਰੋ ਕਿ ਇਹ ਚੀਜ਼ ਜ਼ਿਹਨ 'ਚ ਰੱਖ ਲਓ, ਪ੍ਰੋਬਲਮ ਤੁਹਾਡੇ ਕੰਨਾਂ 'ਚ ਨਹੀਂ, ਕਿਉਂਕਿ ਇੱਥੇ ਬੈਠ ਕੇ ਜਿਹੜੀ ਗੱਲ ਮੈਂ ਹਮੇਸ਼ਾ ਤੁਹਾਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਕਿ ਅਸੀਂ ਸਿਮਟਮ ਤੇ ਨਹੀਂ ਜਾਣਾ ਹੁੰਦਾ, ਅਸੀਂ ਇਹ ਨਹੀਂ ਦੇਖਣਾ ਹੁੰਦਾ ਕਿ ਕਿੱਥੇ ਉਹ ਆ ਰਿਹਾ ਹੈ, ਦਰਦ ਕਿੱਥੇ ਹੋ ਰਿਹਾ, ਅਸੀਂ ਇਹ ਦੇਖਣਾ ਹੁੰਦਾ ਕਿ ਕਿਸ ਵਜ੍ਹਾ ਨਾਲ ਉਹ ਹੋ ਰਿਹਾ। ਹੁਣ ਤੁਹਾਨੂੰ ਜਿਹੜੀ ਕੰਨਾਂ 'ਚ ਆਵਾਜ਼ਾਂ ਆ ਰਹੀਆਂ ਨੇ ਇਹਦੀ ਰੀਜ਼ਨ ਇਹ ਹੈ ਕਿ ਉਹ ਨਰਵ ਜਿਹੜੀ ਹੈ ਉਹ ਰੋਂਗ ਸਿਗਨਲ ਦੇ ਰਹੀ ਹੈ, ਤੇ ਤੁਸੀਂ ਮਿਹਰਬਾਨੀ ਕਰਨੀ ਹੈ ਕਿ ਕਿਸੇ ਕਿਸਮ ਦਾ ਕੰਨਾਂ 'ਚ ਕੋਈ ਕਾਰਵਾਈ ਨਹੀਂ ਹੋਣ ਦੇਣੀ, ਤੁਸੀਂ ਆਪਣੇ ਨੈਕ ਨੂੰ ਸਪੋਰਟ ਦੇਣੀ ਹੈ, ਸਰਵਾਈਕਲ ਪਿਲੋ ਯੂਜ਼ ਕਰੋ
ਹਾਂਜੀ ਕਾਲ ਲੈ ਲੈਣਾ, ਮੈਂ ਜਵਾਬ ਦੇ ਦਵਾਂ ਇਸ ਕੁਐਸਚਨ ਦਾ। ਹਾਂਜੀ ਜੈ ਗੁਰਦੇਵ ਜੀ। ਹੈਲੋ ਜੀ। ਹਾਂਜੀ ਬੀਬੀ ਜੀ। ਹਾਂ ਮੈਂ ਭਜਨ ਕੌਰ ਬੋਲਦੀ ਹਾਂ। ਮੈਂ ਦੱਸਣਾ ਸੀ ਵੀ ਡਾਕਟਰ ਸੁਣਾ ਨੂੰ ਮੈਂ ਮਿਲੀ ਸੀਗੀ, ਮੈਨੂੰ ਤਾਂ ਬਹੁਤ ਤਕਲੀਫ ਸੀਗੀ ਜੀ। ਤੇ ਮੈਨੂੰ ਇੰਨੀ ਤਕਲੀਫ ਸੀਗੀ ਕਿ ਮੈਂ ਜਿੱਦਾਂ ਡਾਕਟਰਾਂ ਦੇ ਫਿਰ ਫਿਰ ਕੇ ਥੱਕ ਗਈ ਬਹੁਤ। ਮੈਂ 3 ਸਾਲ ਤੋਂ ਬਿਮਾਰ, 10 ਸਾਲ ਤੋਂ ਵੀ 42 ਈਅਰ ਦੀ ਮੈਂ ਬਿਮਾਰ ਸੀਗੀ ਜੀ। ਮੇਰੀ ਬਿਮਾਰੀ ਦਾ ਕੁਛ ਨੀ ਕੁਛ ਪਤਾ ਨੀ ਲੱਗਦਾ ਸੀਗਾ। ਮੈਂ ਬਹੁਤ ਇਲਾਜ ਕਰਾਏ, ਬਹੁਤ ਕਰਾਏ, ਤੇ ਫਿਰ ਹੁਣ ਮੈਂ ਡਾਕਟਰ ਵਲੀ ਨੂੰ ਮਿਲੀ ਤਾਂ ਉਹਨਾਂ ਨੇ ਮੈਨੂੰ ਦਵਾਈ ਦਿੱਤੀ ਆ, ਜਿਹੜਾ ਮੈਂ ਮੈਡੀਸਨ ਉਹਨਾਂ ਤੋਂ ਲਈ ਆ, ਤੇ ਮੈਨੂੰ 1 ਹਫ਼ਤੇ ਦੇ ਵਿੱਚ ਪਤਾ ਲੱਗ ਗਿਆ। ਉਹਨਾਂ ਨੇ ਮੈਨੂੰ ਤਕਲੀਫ ਦੱਸੀ ਆ, ਫਿਰ ਉਹਨਾਂ ਨੇ ਮੈਨੂੰ ਡਾਇਟ ਵੀ ਦਿੱਤੀ ਆ ਨਾਲ ਵੀ ਆਹ ਡਾਇਟ ਤੁਸੀਂ ਕਰਨੀ ਆ, ਦੁੱਧ ਡੈਰੀ ਮਿਲਕ ਦੁੱਧ ਨਹੀਂ ਪੀਣਾ, ਫਿਰ ਤੁਸੀਂ ਕਣਕ ਨਹੀਂ ਖਾਣੀ, ਫਿਰ ਤੁਸੀਂ ਦੇਸੀ ਘੇ ਵਰਤਣਾ ਆਪਣਾ, ਤੇ ਫਿਰ ਮੈਂ ਉਸ ਡਾਇਟ 'ਤੇ ਤਾਂ ਫਰੂਟ ਬਹੁਤ ਖਾਣਾ, ਅਤੇ ਫਿਰ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ, ਪਿਸ਼ਾਬ ਸਾਰੀ ਰਾਤ ਕਰਦੀ ਸੀ, ਅਤੇ ਫਿਰ ਜਿੱਦਾਂ ਕੰਟਰੋਲ 'ਚ ਵੀ ਨਹੀਂ ਆਉਂਦਾ ਸੀ, ਉਹ ਵੀ ਜਿੱਦਾਂ ਹੁਣ ਸੈੱਟ ਹੋ ਗਿਆ ਆ, ਅਤੇ ਸਾਰਾ ਕੁਛ ਜਿੱਦਾਂ ਡਾਇਟ ਜਿਹੜੀ ਉਹਨਾਂ ਨੇ ਦੱਸੀ ਮੈਨੂੰ, ਉਹਨਾਂ ਨੇ ਕਿਹਾ ਸੀ ਕਿ ਡੈਰੀ ਮਿਲਕ ਨਹੀਂ, ਫਿਰ ਮੈਂ ਹੁਣ ਓਟ ਦਾ ਮਿਲਕ ਲੈਂਦੀ ਹਾਂ, ਓਟ ਦਾ ਹੀ ਫਲਾਵਰ ਜਿੱਦਾਂ ਸਵੇਰ ਨੂੰ ਬ੍ਰੇਕਫਾਸਟ ਕਰਦੀ ਹਾਂ, ਉਹ ਕਰਦੀ ਹਾਂ, ਦੂਸਰਾ ਦੁੱਧ ਨਹੀਂ ਵਰਤਦੀ, ਫਿਰ ਮੈਂ ਦਹੀਂ ਵੀ ਬਣਾਉਂਦੀ ਹਾਂ, ਅਤੇ ਫਿਰ ਓਟ ਬੱਕਰੀ ਦਾ ਦੁੱਧ ਕੀ ਸਾਡੀ ਇੰਗਲਿਸ਼ 'ਚ ਗੋਠ ਦਾ ਦਹੀਂ ਜਮਾਉਂਦੀ ਹਾਂ, ਇੰਨਾ ਮਿੱਠਾ ਲੱਗਦਾ, ਇੰਨਾ ਸੋਹਣਾ ਬਣ ਜੰਮਦਾ ਹੈ ਨਾ, ਬਹੁਤ ਸੋਹਣਾ। ਫਿਰ ਹੁਣ ਦੇਸੀ ਘੇ 'ਚ ਜਿਹੜਾ, ਫਿਰ ਉਹਨਾਂ ਨੇ ਮੂੰਗ ਦੇ ਮੈਨੂੰ ਕਿਹਾ ਸੀ ਮੂੰਗ ਦੀ ਪ੍ਰਸ਼ਾਦਾ ਬਣਾਓ, ਮੂੰਗ ਦੀ ਦਾਲ ਬਣਾਓ, ਚੌਲ ਖਾਓ, ਅਤੇ ਕੋਈ ਹੋਰ ਵਾਧੂ ਹੋਰ ਕੋਈ ਚੀਜ਼ ਖਾਣੀ ਨਹੀਂ, ਚੌਲ ਜ਼ਿਆਦਾ ਖਾਓ, ਤੁਸੀਂ ਮੂੰਗ ਦੀ ਦਾਲ ਖਾਓ, ਫਿਰ ਫਰੂਟ ਜ਼ਿਆਦਾ ਖਾਓ। ਮੈਨੂੰ ਟੋਇਲਟ ਦੀ ਬਹੁਤ ਪ੍ਰੋਬਲਮ ਸੀਗੀ, ਹੁਣ ਮੈਂ ਉਹ ਸਾਰਾ ਕੁਛ ਜਿੱਦਾਂ ਮੂੰਗ ਦੀ ਫਲਾਵਰ ਦੀ ਰੋਟੀ ਬਣਾਉਂਦੀ ਹਾਂ, ਅਤੇ ਚੌਲ ਚਾਵਲ ਖਾਂਦੀ ਹਾਂ, ਅਤੇ ਜਿੱਦਾਂ ਉਹਨਾਂ ਨੇ ਦੱਸਿਆ ਇਹੀ ਡਾਇਟ ਮੈਂ ਰੱਖਦੀ ਹਾਂ, ਫਿਰ ਮੈਂ ਸੂਪ ਵੀ ਬਣਾਉਂਦੀ ਹਾਂ, ਉਹਦੇ ਨਾਲ ਸਪਲੀਮੈਂਟ ਵੀ ਲੈਂਦੀ ਹਾਂ ਜਿਹੜੀ ਇਹਨਾਂ ਨੇ ਦਿੱਤੀ ਆ। ਜਿੱਦਾਂ ਮੇਰੇ ਕੋਲ ਇੰਨੀ ਤਕਲੀਫ ਸੀਗੀ ਕਿ ਉਹ ਕੋਈ ਡਾਕਟਰ ਬਹੁਤ ਬੁੱਝ ਨਹੀਂ ਸਕਦਾ ਸੀ, ਜਿਹੜੀ ਇਹਨਾਂ ਨੇ ਮੈਨੂੰ ਇੱਕ ਵੀਕ ਦੇ ਵਿੱਚ ਦੱਸੀ ਪ੍ਰੋਬਲਮ ਮੇਰੀ ਹੱਲ ਹੋ ਗਈ ਆ। ਬੀਬੀ ਜੀ ਤੁਹਾਡਾ ਨਾਂ ਕੀ ਆ, ਮੈਨੂੰ ਨਾਂ ਦੱਸ ਸਕਦੇ? ਹਾਂਜੀ ਤੁਹਾਡਾ ਨਾਂ ਕੀ ਆ? ਭਜਨ ਕੌਰ ਹੈ ਮੇਰਾ। ਬੀਬੀ ਭਜਨ ਕੌਰ, ਹਾਂਜੀ ਬੀਬੀ ਭਜਨ ਕੌਰ ਜੀ, ਤੁਸੀਂ ਬਾਕੀਆਂ ਲਈ ਵੀ ਦੁਆ ਕਰੋ, ਜਿੱਦਾਂ ਤੁਹਾਨੂੰ ਆਰਾਮ ਆਇਆ ਡਾਕਟਰ ਸਾਹਿਬ ਤੋਂ, ਉਹਨਾਂ ਨੂੰ ਵੀ ਆਰਾਮ ਆਵੇ। ਨਹੀਂ ਆਰਾਮ ਤਾਂ ਆਊਗਾ, ਜ਼ਰੂਰ ਆਊਗਾ, ਪਰ ਜਿੱਦਾਂ ਡਾਕਟਰ ਸਾਹਿਬ ਦੱਸਦੇ ਆ ਨਾ ਡਾਇਟ, ਉਹਦਾ ਆਪਾਂ ਕਰੀਏ ਫਿਰ ਹੁੰਦਾ ਆਰਾਮ। ਪਰ ਮੈਂ ਜਿੱਦਾਂ ਹੁਣ ਡਾਕਟਰ ਸਾਹਿਬ ਕਹਿੰਦੇ ਆ ਨਾ ਵੀ ਜੇ ਹੁਣ ਉਹ ਚੀਜ਼ ਨਹੀਂ ਹੈਗੀ ਤਾਂ ਮੈਂ ਜਦੇ ਹੀ ਨਿਆਣਿਆਂ ਤੋਂ ਮੰਗਾਉਂਦੀ ਹਾਂ ਕਿ ਮੈਨੂੰ ਆਹ ਚਾਹੀਦਾ ਹੀ ਚਾਹੀਦਾ, ਉਹ ਕਹਿੰਦੇ ਮੰਮੀ ਤੁਸੀਂ ਥੋੜ੍ਹਾ ਜਿਗਰਾ ਕਰੋ, ਮੈਂ ਕਹਿੰਦੀ ਨਹੀਂ ਮੈਨੂੰ ਇਹ ਚਾਹੀਦੀ ਆ, ਇਹਦੇ ਮੈਨੂੰ ਮੇਰੇ ਜਿਹੜੀ ਇੰਨੀ ਮੈਂ ਮੈਡੀਸਨ ਸਾਰਾ ਕੁਛ ਤਰਾਗਤ ਕਰਦੀ ਹਾਂ, ਡਾਕਟਰ ਨੇ ਮੈਨੂੰ ਇੱਥੇ ਤਾਂ ਹੀ ਠੀਕ ਕੀਤਾ, ਫਿਰ ਹੁਣ ਮੈਂ ਉਹ ਲੈਣੀ ਹੀ ਲੈਣੀ ਆ, ਉਹਦੇ ਨਾਲ ਠੀਕ ਹੋਣਾ, ਫਿਰ ਉਹਦੇ ਮੈਨੂੰ ਬੱਚੇ ਲਿਆ ਕੇ ਦਿੰਦੇ ਆ, ਨਹੀਂ ਤਾਂ ਆਨਲਾਈਨ ਭੇਜ ਦਿੰਦੇ ਆ। ਬੀਬੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਹੜੇ ਬਹੁਤ ਆ ਜਿੱਦਾਂ ਜਿਹੜਾ ਨੂੰ ਮੇਰੀ 42 ਈਅਰ ਮੈਂ ਓਲਡ ਸੀਗੀ ਜਦੋਂ ਮੈਨੂੰ ਇਹ ਤਕਲੀਫ ਸ਼ੁਰੂ ਸੀਗੀ, ਪਰ ਇਹ ਨਾ ਜਿਹਨਾਂ ਡਾਕਟਰਾਂ ਨੇ ਇੱਕ ਹਫ਼ਤੇ ਦੇ ਵਿੱਚ ਮੈਨੂੰ ਪਤਾ ਲੱਗ ਗਿਆ ਵੀ ਮੇਰੇ ਮੋੜ ਪੈ ਗਿਆ, ਹੁਣ ਮੈਂ ਸਟਿਲ ਉਸੇ ਡਾਇਟ 'ਤੇ ਚੱਲਦੀ ਹਾਂ ਜਿੱਦਾਂ ਇਹਨਾਂ ਨੇ ਕਿਹਾ ਆ, ਚਾਹੇ ਕੁਛ ਵੀ ਹੋ ਜਾਵੇ ਹੈ ਨਾ, ਅਤੇ ਪਰ ਮੈਨੂੰ ਫਰਕ ਬਹੁਤ ਆ। ਮੇਰੇ ਬੱਚੇ ਵੀ ਦੱਸਦੇ ਆ ਵੀ ਮੰਮੀ ਤੁਹਾਡੇ ਇੱਕ ਵੀਕ ਦੇ ਮਗਰੋਂ ਕਹਿੰਦੇ ਤੁਹਾਨੂੰ ਕੁਛ ਲੱਗਦਾ ਫਰਕ,
ਮੈਂ ਕਿਹਾ ਜੀ ਮੈਨੂੰ ਤਾਂ ਜਿਹੜਾ ਹੈਗਾ ਤੁਸੀਂ ਦੱਸੋ ਤੁਹਾਨੂੰ ਲੱਗਦਾ? ਕਹਿੰਦੇ ਹਾਂ ਬਹੁਤ, ਮੇਰਾ ਰੰਗ ਇਕਦਮ ਕਾਲਾ ਹੋ ਗਿਆ ਸੀਗਾ, ਮੇਰੀ ਬੋਡੀ ਸਾਰੀ ਕਾਲੀ ਫਿਰ ਗਈ, ਮੇਰਾ ਜਿੱਦਾਂ ਬਲੀਡਿੰਗ ਵੀ ਹੋਣ ਲੱਗ ਗਿਆ ਸੀਗਾ, ਜਿੱਦਾਂ ਜੋ ਕੁਛ ਖਾਂਦੀ ਸੀ ਜਿੱਦਾਂ ਦਿਲ ਤੋਂ ਜਾਂਦਾ ਹੀ ਨਹੀਂ ਸੀਗਾ, ਭੁੱਖ ਹੀ ਨਹੀਂ ਸੀ ਲੱਗਦੀ, ਜਿੱਦਾਂ ਉਹ ਸਾਰਾ ਜਿੱਦਾਂ ਲੇਬਰ ਇਹਨਾਂ ਨੇ ਕਰੰਟੀਨ ਕੀਤਾ ਸਭ ਕੁਛ, ਜਿੱਦਾਂ ਇਹਨਾਂ ਨੇ ਪਹਿਲਾਂ ਡਾਇਟ ਹੀ ਇੱਦਾਂ ਦੀ ਕੀ ਦਿੱਤੀ ਨਾ, ਇਹਨਾਂ ਨੇ ਆਪ ਸਪਲੀਮੈਂਟ ਵੀ ਇੱਦਾਂ ਦੇ ਦਿੱਤੇ ਕਿ ਮੈਨੂੰ ਦੂਜੀ ਵਾਰ ਪੁੱਛਣ ਦੀ ਲੋੜ ਨਹੀਂ ਪਈ, ਸਾਰਾ ਕੁਛ। ਥੈਂਕ ਯੂ ਬੀਬੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਜਿੰਨੀਆਂ ਵੀ ਤੁਸੀਂ ਗੱਲਾਂ ਕੀਤੀਆਂ ਹੋ ਸਕਦਾ ਸਾਰੇ ਹੀ ਦਰਸ਼ਕ ਸੁਣਦੇ ਹੋਣ, ਬਹੁਤਿਆਂ ਦੇ ਅੰਦਰ ਭੁਲੇਖਾ ਹੋਵੇਗਾ ਸ਼ਾਇਦ ਅਸੀਂ ਤੁਹਾਨੂੰ ਸਿਖਾਇਆ ਹੋਵੇ, ਪਰ ਤੁਹਾਡੀ ਜ਼ਬਾਨ ਤੋਂ ਸਾਨੂੰ ਇੱਦਾਂ ਪਤਾ ਲੱਗ ਰਿਹਾ ਕਿ ਡਾਕਟਰ ਸਾਹਿਬ ਦੀਆਂ ਦਵਾਈਆਂ ਨੇ ਤੁਹਾਨੂੰ ਤੰਦਰੁਸਤ ਕੀਤਾ, ਅਤੇ ਇਸੇ ਹੀ ਗਵਾਹੀ ਦੇ ਨਾਲ ਬਾਕੀ ਦੀਆਂ ਸੰਗਤਾਂ ਨੂੰ ਵੀ ਪਤਾ ਲੱਗਿਆ, ਸਿਰਫ ਇੱਕੋ ਤੁਸੀਂ ਨਹੀਂ ਜਿੰਨਿਆਂ ਨੇ ਵੀ ਹੋਰ ਦਵਾਈਆਂ ਲਈਆਂ ਕਾਂਸ਼ੀ ਟੀ ਵੀ ਦੇ ਪ੍ਰੋਗਰਾਮ ਦੇਖ ਕੇ, ਉਹਨਾਂ ਦੇ ਵਿੱਚ ਤਕਰੀਬਨ 50% ਜਿਨ੍ਹਾਂ ਨੇ ਦਵਾਈਆਂ ਖਾਣੀ ਸ਼ੁਰੂ ਕੀਤੀਆਂ ਉਹਨਾਂ ਦੇ ਸੁਨੇਹੇ ਆਉਣੇ ਸ਼ੁਰੂ ਹੋ ਗਏ ਕਿ ਉਹ ਠੀਕ ਹੋ ਰਹੇ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ ਬੀਬੀ ਜੀ। ਨਹੀਂ ਜਿਹੜਾ ਇੰਨੀ ਮੈਂ ਤਾਂ ਖੁਸ਼ ਹਾਂ ਨਾ ਵੀ ਜਿੱਦਾਂ ਕਾਹਤੇ ਆਪਾਂ ਇੱਧਰ ਉੱਧਰ ਦੌੜਦੇ ਹਾਂ, ਜਾਂ ਤੁਸੀਂ ਤੁਹਾਡੇ ਕੋਲ ਜਿੱਦਾਂ ਘਰ ਬੈਠਿਆਂ ਨੂੰ ਹੈ ਨਾ ਇੱਡੀ ਵੱਡੀ ਸਪਲੀਮੈਂਟ ਸਾਰਾ ਕੁਛ ਮਿਲਦਾ ਹੈ, ਜਿੱਦਾਂ ਇੱਕ ਤਾਂ ਕਿਸਮ ਦਾ ਰੱਬ ਸਾਨੂੰ ਤਾਂ ਮਿਲਿਆ ਵੀ ਜਿੱਦਾਂ ਕਹਿ ਲਓ ਤੁਸੀਂ ਡਾਕਟਰਾਂ ਦੇ ਫਿਰ ਕੇ ਹੋਸਪਿਟਲਾਂ ਫਿਰ ਕੇ ਥੱਕ ਗਈ ਮੈਂ ਤਾਂ, ਬੱਚੇ ਵੀ ਕਹਿਣ ਵੀ ਉਹਨਾਂ ਕੰਮਾਂ 'ਤੇ ਵੀ ਜਾਣਾ ਸਾਰਾ ਕੁਛ, ਫਿਰ ਮੈਨੂੰ ਕਿੱਥੇ ਲਈ ਫਿਰਨਾ, ਮੈਂ ਘਰ ਬੈਠੀ ਹਾਂ ਠੀਕ ਹੋ ਗਈ ਤਾਂ ਹੋਰ ਕੀ ਚਾਹੀਦਾ ਆਪਾਂ ਨੂੰ, ਇੱਦਾਂ ਹੈ ਨਾ ਗੱਲ ਤਾਂ ਇਹ ਹੈ। ਡਾਇਟ ਸਾਰੀ ਚੀਜ਼ਾਂ ਵੀ ਡਾਕਟਰ ਸਾਹਿਬ ਦੱਸਦੇ ਉੱਦਾਂ ਦੱਸੋ, ਕਿਉਂਕਿ ਆਪਣੇ ਲਈ ਕਰਦੇ ਉਹ, ਸਾਡੇ ਲਈ ਕਰਦੇ ਆ ਜਦ ਅਸੀਂ ਪੁੱਛਦੇ ਹਾਂ। ਬੀਬੀ ਜੀ ਇੱਕ ਟੈਲੀਫੋਨ ਮੈਨੂੰ ਕੋਲ ਦੋ ਆ ਰਹੇ ਆ, ਮੈਂ ਇੱਧਰੋਂ ਪਹਿਲੇ ਡਾਕਟਰ ਸਾਹਿਬ ਮੈਂ ਟੈਲੀਫੋਨ ਲੈ ਲਵਾਂ ਇੱਥੋਂ ਆ ਰਿਹਾ ਦੂਰੋਂ। ਹਾਂਜੀ ਬੀਬੀ ਜੀ ਜੈ ਗੁਰਦੇਵ, ਬੀਬੀ ਜੀ ਜੈ ਗੁਰਦੇਵ, ਬੀਬੀ ਦੇਵੋ ਜੀ ਜੈ ਗੁਰਦੇਵ। ਜੀ ਹਾਂਜੀ ਹਾਂਜੀ ਸੁਣ ਲਿਆ ਡਾਕਟਰ ਸਾਹਿਬ ਨੇ ਸੁਣ ਲਿਆ, ਹੋਰ ਕੋਈ ਤਕਲੀਫ? ਥੈਂਕ ਯੂ ਜੀ। ਹਾਂਜੀ ਜੈ ਗੁਰਦੇਵ ਜੀ, ਮੋਮੀ ਜੀ ਕਾਲ ਤੇ ਮੈਂ, ਜੈ ਗੁਰਦੇਵ। ਜੈ ਗੁਰਦੇਵ ਭਾਜੀ, ਮੈਂ ਨਾ ਡਾਕਟਰ ਸਾਹਿਬ ਨੂੰ ਪੁੱਛਣਾ ਸੀ ਕਿ ਜੇ ਤੁਹਾਡਾ ਇਮਿਊਨ ਸਿਸਟਮ ਲੋ ਹੋਵੇ ਤੇ ਫਿਰ ਉਹਦੇ ਲਈ ਕੀ ਕਰਨਾ ਚਾਹੀਦਾ ਵਾ, ਤੇ ਨਾਲੇ ਡਾਕਟਰ ਸਾਹਿਬ ਦੱਸਦੇ ਸੀ ਵਿਟਾਮਿਨ ਸੀ ਜਿਹੜਾ ਲੈਣਾ ਵਾ ਉਹ ਕਿੰਨਾ ਲੈਣਾ ਤੇ ਕਿਹੜਾ ਸਹੀ ਆ, ਤੇ ਇਸ ਬੋਰੇ ਪਤਾ ਨੀ ਕਿਹੜਾ ਇਹਨਾਂ ਨੇ ਦੱਸਿਆ ਸੀ ਮੈਨੂੰ, ਉਹ ਇੱਕ ਵਾਰੀ ਦੱਸ ਦੇਣ ਕਿ ਦੋ ਦਫਾ ਲੈਣਾ ਜਾਂ ਇੱਕ ਦਫਾ ਲੈਣਾ, ਤੇ ਉਹ ਕਿੰਨੀ ਸਟਰੈਂਥ ਵਾਲਾ ਲੈਣਾ ਵਾ ਤੁਹਾਡਾ ਕੀ ਨਾਂ ਕੀ? ਹਾਂਜੀ ਇਮਿਊਨ ਸਿਸਟਮ ਜਿਹੜਾ ਵਾ ਉਹ ਲੋ ਵਾ, ਉਹ ਲੋ ਹੋ ਜਾਂਦਾ ਵਾ ਉਹਦੇ ਲਈ ਕੀ ਕਰਨਾ ਚਾਹੀਦਾ, ਤੇ ਵਿਟਾਮਿਨ ਸੀ ਦਾ ਪਲੀਜ਼ ਤੁਸੀਂ ਇੰਨੀ ਕਿਰਪਾ ਕਰਕੇ ਉਹਨਾਂ ਨੂੰ। ਡਾਕਟਰ ਸਾਹਿਬ ਸੁਣ ਰਹੇ ਤੁਹਾਨੂੰ, ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਦੇਖੋ ਜੈ ਗੁਰਦੇਵ ਸਤਿ ਸ਼੍ਰੀ ਅਕਾਲ। ਕੋਈ ਹੋਰ ਕਾਲ ਆ ਗਈ ਮੈਨੂੰ ਲੱਗਦਾ ਦਰਮਿਆਨ, ਪਹਿਲੇ ਇਹਦਾ ਜਵਾਬ ਦੇ ਲਈਏ ਜਿਹੜੀ ਬੀਬੀ ਨੇ ਇਮਿਊਨ ਸਿਸਟਮ ਦੀ ਗੱਲ ਜੀ। ਇਮਿਊਨ ਸਿਸਟਮ ਦੇ ਬਾਰੇ ਚ ਮੈਂ ਦੱਸ ਦਿੰਦਾ, ਦੋ ਤਿੰਨ ਕੁਐਸਚਨ ਇਹਨੇ ਕੀਤੇ ਨੇ। ਇੱਕ ਤੇ ਇਮਿਊਨ ਸਿਸਟਮ ਨੂੰ ਅਪਲਿਫਟ ਕਰਨ ਲਈ ਸਟਰੋਂਗ ਪ੍ਰੋਬਾਇਓਟਿਕ ਇੰਤਹਾਈ ਜ਼ਰੂਰੀ ਹੈ, ਜਿਵੇਂ ਮੈਂ ਹਮੇਸ਼ਾ ਦੱਸਦਾ ਹੁੰਦਾ ਕਿ ਸਾਡਾ ਬੋਡੀ ਦਾ 80% ਇਮਿਊਨ ਸਿਸਟਮ ਸਾਡੀ ਗੱਟ 'ਚ ਪਿਆ, ਢਿੱਡ 'ਚ ਹੈ, ਲਾਰਜ ਇੰਟਸਟਾਈਨ 'ਚ 80% ਇਮਿਊਨ ਸਿਸਟਮ ਇੱਥੇ ਰਹਿੰਦਾ ਹੈ ਸਾਡਾ, ਤੇ ਗੱਟ ਨੂੰ ਹੈਲਦੀ ਕਰਨ ਲਈ ਪ੍ਰੋਬਾਇਓਟਿਕ ਲੈਣੀ ਚਾਹੀਦੀ ਹੈ, ਬੜੀ ਸਟਰੋਂਗ ਕਿਸਮ ਦੀ ਪ੍ਰੋਬਾਇਓਟਿਕ ਲੈਣੀ ਚਾਹੀਦੀ ਹੈ।
ਹੁਣ ਮੈਂ ਆਪਣੀ ਗੱਲਾਂ ਦੀ ਚੀਜ਼ਾਂ ਦੀ ਤਾਰੀਫ ਕਰਾਂਗਾ ਤਾਂ ਤੁਸੀਂ ਕਹੋਗੇ ਕਿ ਆਪਣੀ ਚੀਜ਼ਾਂ ਦੀ ਇਮਿਊਨ ਏਡ ਸਾਡਾ ਇੱਕ ਪ੍ਰੋਬਿਓਟਿਕ ਇੰਤਹਾਈ ਪਾਵਰਫੁਲ ਪ੍ਰੋਬਿਓਟਿਕ ਸਪਲੀਮੈਂਟ ਹੈ, ਉਹ ਤੁਸੀਂ ਯੂਜ ਕਰੋ। ਔਰ ਨਾਲ ਵਿਟਾਮਿਨ ਸੀ ਦਾ ਤੁਸੀਂ ਪੁੱਛਿਆ ਤੇ ਵਿਟਾਮਿਨ ਸੀ ਦੋ ਕਿਸਮ ਦਾ ਹੁੰਦਾ ਹੈ, ਐਸਕੋਰਬਿਕ ਐਸਿਡ ਔਰ ਸੋਡੀਅਮ ਐਸਕੋਰਬੇਟ, ਦੋਵਾਂ ਦਾ ਇਫੈਕਟ ਇੱਕੋ ਜਿਹਾ। ਸੋਡੀਅਮ ਐਸਕੋਰਬੇਟ ਜ਼ਰਾ ਘੱਟ ਖੱਟਾ ਹੁੰਦਾ ਹੈ, ਲੇਕਿਨ ਜਿਹਨਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੇ ਇਸ਼ੂ ਹੁੰਦੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਸੋਡੀਅਮ ਐਸਕੋਰਬੇਟ ਨਾ ਯੂਜ ਕਰੋ, ਐਸਕੋਰਬਿਕ ਐਸਿਡ। ਔਰ ਪਿਓਰ ਤੁਸੀਂ ਪੁੱਛਿਆ ਕਿੰਨਾ ਹੋਣਾ ਚਾਹੀਦਾ, 99.9% ਪਿਓਰ ਹੋਣਾ ਚਾਹੀਦਾ ਔਰ ਪਾਊਡਰ ਫਾਰਮ ਵਿੱਚ ਲੈਣਾ ਚਾਹੀਦਾ। ਤੁਸੀਂ ਕਿਹਾ ਡੋਜ਼ ਕਿੰਨੀ ਹੋਏ, 5 ਤੋਂ 10 ਗ੍ਰਾਮ ਰੋਜ਼ ਦਾ ਲੈਣਾ ਚਾਹੀਦਾ। ਔਰ ਇਹ ਵੀ ਤੁਸੀਂ ਅਗਰ ਸਾਡੇ ਆਫਿਸ ਕੰਟੈਕਟ ਕਰੋਗੇ ਤੇ ਇੰਤਹਾਈ ਚੀਪ ਕਿਸਮ ਦਾ ਵਿਟਾਮਿਨ ਸੀ ਜਿਹੜਾ ਹੈ ਅਸੀਂ ਉਹ ਦੇ ਰਹੇ ਹਾਂ, ਕਿਉਂਕਿ ਮੈਂ ਚਾਹੁੰਦਾ ਹਰ ਬੰਦਾ ਵਿਟਾਮਿਨ ਸੀ ਔਰ ਡੀ ਯੂਜ਼ ਕਰੇ। ਤੇ ਬਿਹਤਰ ਹੈ ਕੰਟੈਕਟ ਕਰਨਾ ਮੇਰੇ ਆਫਿਸ, ਉਹ ਤੁਹਾਨੂੰ ਸਪੈਸ਼ਲ ਆਫਰ ਚ ਦੇਣਗੇ ਵਿਟਾਮਿਨ ਸੀ। ਹਾਂਜੀ, ਜੈ ਗੁਰਦੇਵ ਜੀ। ਜੈ ਗੁਰਦੇਵ, ਹੈਲੋ ਭਾਜੀ। ਹਾਂਜੀ, ਕੌਣ ਬੋਲਦੇ ਬੀਬੀ ਜੀ? ਬੋਲਦੀ ਆ ਵੀ ਜੀ। ਹਾਂਜੀ ਬੀਬੀ ਜੀ, ਡਾਕਟਰ ਸਾਹਿਬ ਸੁਣ ਰਹੇ, ਗੱਲ ਕਰੋ। ਹਾਂਜੀ ਭਾਜੀ, ਮੇਰੇ ਨਾ ਗਲੇ ਦੇ ਵਿੱਚ ਬਹੁਤ ਪ੍ਰੋਬਲਮ ਆ। ਲਾਸਟ ਈਅਰ ਉਹਨਾਂ ਨੇ ਕੈਮਰਾ ਪਾਇਆ ਸੀ ਮੇਰੇ ਨੱਕ ਦੇ ਰਾਹੀਂ, ਤਾਂ ਉਹ ਕਹਿੰਦੇ ਸੀ ਜਿੱਦਾਂ ਗੈਸ ਦੇ ਬਬਲ ਆ ਮੂਹਰੇ ਆਉਂਦੇ। ਸਾਲ ਮੈਨੂੰ ਗੈਸ ਦੀਆਂ ਗੋਲੀਆਂ ਖਾਂਦੀ ਸੀਗੀ 2 ਟਾਈਮ, ਉਹ ਤਾਂ ਠੀਕ ਰਿਹਾ, ਫਿਰ ਪ੍ਰੋਬਲਮ ਬਹੁਤ ਵਧੀ ਹੋਈ ਆ। ਵੋਇਸ ਵੀ ਬਹਿ ਜਾਂਦੀ ਤਾਂ ਅੰਦਰ ਜਿੱਦਾਂ ਦੁਖਦਾ ਵੀ ਆ। ਘਰ 'ਚ ਵੀ ਕੈਮਰਾ ਪਾਇਆ ਸੀ, ਕਹਿੰਦੇ ਸਾਰਾ ਕੁਛ ਠੀਕ ਆ, ਅਤੇ ਗੈਸ ਦੀ ਆ ਪ੍ਰੋਬਲਮ। ਹੁਣ ਫਿਰ ਗੋਲੀਆਂ ਚੇਂਜ ਕਰਕੇ 40 ਦੀਆਂ ਦਿੱਤੀਆਂ ਨਵੀਆਂ। ਭੈਣ ਜੀ, ਹੋਰ ਵੀ ਕੋਈ ਪ੍ਰੋਬਲਮ ਹੈਗੀ ਤੁਹਾਨੂੰ? ਹੈਗੀ, ਮੇਰਾ ਉਹਨਾਂ ਨੇ ਚੈੱਕ ਕੀਤਾ, ਕੈਮਰੇ ਵੀ ਪਾਸ ਤੇ ਆ, ਕੁਛ ਪ੍ਰੋਬਲਮ ਨਹੀਂ। ਤੁਹਾਨੂੰ ਹੋਰ ਵੀ ਕੋਈ ਪ੍ਰੋਬਲਮ ਆ? ਖਾ ਨਹੀਂ ਹੁੰਦਾ ਪ੍ਰੋਪਰ। ਠੀਕ ਹੈ, ਡਾਕਟਰ ਸਾਹਿਬ ਤੋਂ ਸੁਣੋ ਤੁਸੀਂ ਹੁਣ ਕੀ ਕਹਿੰਦੇ ਆ। ਹਾਂਜੀ ਡਾਕਟਰ ਸਾਹਿਬ ਜੀ, ਦੇਖੋ ਭੈਣ ਜੀ, ਤੁਹਾਡਾ ਜਿਹੜਾ ਪ੍ਰੋਬਲਮ ਹੈ ਉਹ ਹੈ ਤੁਹਾਡੇ ਸਟੋਮਿਕ ਦਾ। ਤੁਹਾਡਾ ਸਟੋਮਿਕ ਔਰ ਖਾਣੇ ਦੇ ਨਾਲੀ ਨੂੰ ਮਿਲਾਉਣ ਵਾਲਾ ਜਿਹੜਾ ਇੱਕ ਵੈਲਵ ਹੁੰਦਾ ਹੈ ਜਿਹਨੂੰ ਅਸੀਂ ਈਸੋਫੀਜੀਅਲ ਵੈਲਵ ਕਹਿੰਦੇ ਹਾਂ, ਉਹ ਜਿਹੜਾ ਦਰਵਾਜ਼ਾ ਹੈ ਉਹ ਕਮਜ਼ੋਰ ਹੈ, ਉਹ ਵੀਕ ਹੈ। ਇਹਦੀ ਵਜ੍ਹਾ ਨਾਲ ਤੁਹਾਡੀ ਸਟੋਮਿਕ ਤੋਂ ਗੈਸਿਸ ਉੱਪਰ ਨੂੰ ਆਉਂਦੀਆਂ ਨੇ। ਇਹਦਾ ਬੜਾ ਹੀ ਆਸਾਨ ਹੱਲ ਹੈ, ਬੜਾ ਹੀ ਈਜ਼ੀ ਸੋਲੂਸ਼ਨ ਹੈ ਕਿ ਤੁਸੀਂ ਹਾਈਡਰੋਕਲੋਰਿਕ ਐਸਿਡ ਦੇ ਸਪਲੀਮੈਂਟ ਮਿਲ ਜਾਂਦੇ ਨੇ, ਸਾਡੇ ਕੋਲ ਵੀ ਹੈ ਨੇ, ਆਨਲਾਈਨ ਵੀ ਮਿਲ ਜਾਂਦੇ ਨੇ। ਯਾਦ ਰੱਖ ਲਓ, ਹਾਈਡਰੋਕਲੋਰਿਕ ਐਸਿਡ ਦਾ ਸਪਲੀਮੈਂਟ 1000 ਮਿਲੀਗ੍ਰਾਮ, ਲੇਕਿਨ ਉਹਦੇ ਚ ਪੈਪਸੀਨ ਔਰ ਬ੍ਰੋਮਿਲੀਨ ਇਹ ਦੋ ਇਨਜ਼ਾਈਮ ਜ਼ਰੂਰ ਹੋਣੇ ਚਾਹੀਦੇ ਨੇ। ਉਹ ਤੁਸੀਂ ਹਰ ਖਾਣੇ ਦੇ ਅੱਧ ਵਿੱਚ ਇੱਕ ਕੈਪਸੂਲ ਖਾਣਾ ਸ਼ੁਰੂ ਕਰੋ, ਤੁਸੀਂ ਹੈਰਾਨ ਹੋ ਜਾਓਗੇ, ਦਿਨਾਂ 'ਚ ਤੁਹਾਡਾ ਪ੍ਰੋਬਲਮ ਠੀਕ ਹੋ ਜਾਏਗਾ। ਮੈਨੂੰ ਦੁਆ ਜ਼ਰੂਰ ਦੇਣਾ ਬਾਅਦ। ਥੈਂਕ ਯੂ ਡਾਕਟਰ ਸਾਹਿਬ। ਤੁਸੀਂ ਆਇਆ ਸੀ ਮਾਨਚੈਸਟਰ ਤੋਂ ਇੱਕ ਬੀਬੀ ਦੇਵਬੋਧਾ ਜੀ, ਉਹਨਾਂ ਦੇ ਗੋਡਿਆਂ ਦੀ ਦਰਦ ਹੈ, ਨਾਲ ਹੀ ਉਹਨਾਂ ਨੂੰ ਡਾਇਬਟਿਕ ਵੀ ਹੈ ਜੀ। ਦੇਖੋ, ਗੋਡਿਆਂ ਦੀ ਦਰਦ ਦਾ ਤੇ ਇਸ਼ੂ ਮੋਸਟਲੀ ਜਿਹੜਾ ਹੈ ਉਹ ਰਿਲੇਟਡ ਹੁੰਦਾ ਹੈ ਬੈਕਬੋਨ ਦੇ ਨਾਲ ਔਰ ਵੇਟ ਦੇ ਨਾਲ ਔਰ ਬਲੱਡ ਪ੍ਰੈਸ਼ਰ ਦੀ ਗੋਲੀ ਖਾਣ ਦੇ ਨਾਲ। ਹੁਣ ਮੈਨੂੰ ਦਿਬੋ ਸਾਹਿਬਾ ਕੋਲੋਂ ਪੁੱਛਣਾ ਪਏਗਾ ਕਿ ਕਿਆ ਬਲੱਡ ਪ੍ਰੈਸ਼ਰ ਦੀ ਗੋਲੀ ਖਾਂਦੇ ਨੇ, ਕਿਉਂਕਿ ਕਈ ਬਲੱਡ ਪ੍ਰੈਸ਼ਰ ਦੀਆਂ ਐਸੀਆਂ ਗੋਲੀਆਂ ਨੇ ਕਿ ਸਾਈਡ ਇਫੈਕਟ ਦੇ ਤੌਰ ਤੇ ਉਹ ਗੋਡਿਆਂ ਨੂੰ ਖਾ ਜਾਂਦੀਆਂ ਨੇ। ਤੇ ਦੂਸਰਾ ਇਹ ਹੈ ਕਿ ਗੋਡਿਆਂ ਲਈ ਜੁਆਇੰਟ ਦਾ ਸਟਰੋਂਗ ਕਿਸਮ ਦਾ ਕੋਈ ਸਪਲੀਮੈਂਟ ਯੂਜ਼ ਕਰਨ, ਫਿਰ ਕਵਾਂਗਾ ਜਿਹਦੇ ਚ ਹਾਂਜੀ
ਹਾਈ ਮਾਤਰਾ ਜੀ ਕਾਲ ਹੈ। ਜੈ ਗੁਰਦੇਵ ਜੀ। ਜੈ ਗੁਰਦੇਵ ਜੀ। ਹਾਂਜੀ ਬੀਬੀ ਜੀ ਕੌਣ? ਹਾਂਜੀ ਮੈਂ ਇੱਥੇ ਦਿੱਲੀ ਤੋਂ ਬੋਲਦੀ ਹਾਂ, ਮੇਰਾ ਨਾਮ ਸਿਮਰਨ ਹੈ। ਹਾਂਜੀ ਬੀਬੀ ਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਮੈਂ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਐਸਿਡ, ਮੇਰੇ ਗੈਸ ਦੀ ਬਹੁਤ ਪ੍ਰੋਬਲਮ ਆ, ਐਸਿਡ ਬਣਦਾ ਮੇਰੇ ਗੈਸ ਤੇ ਐਸਿਡ। ਹਾਂਜੀ ਹੋਰ ਕੋਈ ਪ੍ਰੋਬਲਮ ਪੈ ਜੇ? ਜੋ ਐਸਿਡ ਮੈਨੂੰ ਇਦਾਂ, ਹਾਂ ਮੈਨੂੰ ਪ੍ਰੋਬਲਮ ਤੇ ਮੈਨੂੰ ਬਹੁਤ ਜ਼ਿਆਦੀਆਂ ਆ, ਪਰ ਇਹ ਜਿਹੜੀ ਜ਼ਿਆਦਾ ਪ੍ਰੋਬਲਮ ਹੈ, ਜਦੋਂ ਮੇਰੇ ਐਸਿਡ ਬਣਦਾ ਨਾ, ਮੈਨੂੰ ਆਪ ਨੂੰ ਕੋਈ ਪਤਾ ਨਹੀਂ ਲੱਗਦਾ ਕਿ ਮੇਰੇ ਐਸਿਡ ਬਣਦਾ ਹੈ, ਪਰ ਉਹ ਤਾਂ ਨੂੰ ਜਦੋਂ ਆਉਂਦਾ ਆ ਤਾਂ ਮੇਰੇ ਥਰੋਟ ਦੇ ਵਿੱਚ ਜਿੱਦਾਂ ਕੰਡਾ ਚੁੱਭਦਾ ਹੁੰਦਾ, ਇੱਦਾਂ ਹੁੰਦੀ ਕਿ ਮੈਨੂੰ ਖੰਘ ਇੰਨੀ ਜ਼ੋਰ ਨਾਲ ਆਉਂਦੀ ਆ ਨਾ, ਬਹੁਤ ਜ਼ੋਰ ਨਾਲ ਖੰਘ ਆਉਂਦੀ ਆ, ਫਿਰ ਉਹ ਜਿੰਨਾ ਚਿਰ ਮੇਰੇ ਜ਼ੋਰ ਨਾਲ ਆ ਖੰਘ ਨਾ ਖੰਘ ਰਹੀ ਹਾਂ ਤਾਂ ਫਿਰ ਮੇਰਾ ਉਹ ਮਤਲਬ ਹਟਦਾ ਆ। ਅਤੇ ਉਹਨਾਂ ਨੇ ਵੀ ਜਿੱਦਾਂ ਕੈਮਰਾ, ਮੈਂ ਸੁਣਿਆ ਸੀ ਤੁਹਾਡੇ ਇੱਕ ਬੀਬੀ ਨੇ ਹੋਰ ਨੇ ਵੀ ਦੱਸਿਆ ਸੀ ਤੁਹਾਨੂੰ ਪ੍ਰੋਬਲਮ ਇਹ, ਅਤੇ ਉਹ ਮੇਰੇ ਕੈਮਰਾ ਵੀ ਉਹਨਾਂ ਨੇ ਪਾਇਆ, ਉਹ ਕਹਿੰਦੇ ਤੇਰੇ ਔਗਨ ਸਾਰੇ ਠੀਕ ਆ, ਕੋਈ ਪ੍ਰੋਬਲਮ ਨਹੀਂ। ਦੂਸਰੀ ਗੱਲ ਇਹ ਕਿ ਮੇਰੀ ਆਵਾਜ਼ ਜਿਹੜੀ ਬਿਲਕੁਲ ਬੈਠ ਜਾਂਦੀ, ਅੱਗੇ ਤਾਂ ਇੱਕ ਸਾਲ ਭਰ ਮੇਰੀ ਆਵਾਜ਼ ਨਿਕਲੀ ਨਹੀਂ ਇਸੇ ਪ੍ਰੋਬਲਮ ਦੇ ਨਾਲ, ਬਿਲਕੁਲ ਬੈਠ ਗਈ ਸੀ, ਅਤੇ ਹੁਣ ਵੀ ਜੇ ਮੈਂ ਜਦੋਂ ਜ਼ਿਆਦਾ ਬੋਲਦੀ ਜਾਂ ਜ਼ਿਆਦਾ ਖੰਘ ਆਉਂਦੀ ਤਾਂ ਮੇਰੀ ਆਵਾਜ਼ ਬਿਲਕੁਲ ਚਲੀ ਜਾਂਦੀ ਆ, ਅਤੇ ਮੈਂ ਇਹ ਤਾਂ ਹੱਲ ਪੁੱਛਣਾ ਚਾਹੁੰਦੀ ਹਾਂ। ਅਤੇ ਦੂਸਰੀ ਗੱਲ ਇਹ ਕਿ ਜਿਹੜਾ ਤੁਸੀਂ ਕਹਿੰਦੇ ਸੀ ਨਾ ਬੇਬੀ ਦੇ ਬਰਥਡੇ ਟਾਈਮ ਹੈਪੀ ਜੂਰਲ ਲੱਗਾ, ਕੱਲ ਉਹ ਮੇਰੇ ਮਤਲਬ ਮੇਰੀ ਵੀ ਬੈਕ, ਲੋਅਰ ਬੈਕ ਜਿਹੜੀ ਬਹੁਤ ਪੇਨ ਕਰਦੀ ਆ, ਤੇ ਪੈਰਾਂ ਦੀ ਪ੍ਰੋਬਲਮ ਆ ਮੈਨੂੰ ਵੀ, ਤੇ ਮੇਰੇ ਉਹ ਮੇਰੇ ਲੱਗੇ ਆ ਦੋ ਤਿੰਨ ਵਾਰ, ਤਿੰਨ ਲੱਗੇ ਮੇਰੇ, ਤਿੰਨੀ ਵਾਰੀ, ਤਿੰਨ ਵਾਰੀ ਡਿਲੀਵਰੀ ਬੱਚਿਆਂ ਦੀ ਹੋਈ, ਤਿੰਨੇ ਵਾਰੀ ਉਹ ਮੇਰੇ ਲੱਗੇ ਆ, ਤੇ ਮੈਂ ਉਹ ਕੀ ਕਰ ਸਕਦੀ? ਮੈਂ ਤੁਹਾਨੂੰ ਉਦਾਂ ਤੁਹਾਡੇ ਮਤਲਬ ਬਾਅਦ ਚ ਫਿਰ ਗੱਲ ਕਰ ਸਕਦੀ ਮੈਂ ਟੈਲੀਫੋਨ ਕਰਕੇ ਤੁਹਾਡੇ ਨਾਲ। ਹਾਂਜੀ ਬੀਬੀ ਜੀ ਤੁਹਾਨੂੰ ਨੰਬਰ ਜਿਹੜਾ ਮੈਂ ਫਿਰ ਦੁਬਾਰਾ ਰਿਪੀਟ ਕਰ ਦੂੰਗਾ, ਤੁਸੀਂ ਦੁਬਾਰਾ ਵੀ ਗੱਲ ਕਰ ਸਕਦੇ ਹੋ, ਪਰ ਡਾਕਟਰ ਸਾਹਿਬ ਇਸ ਵੇਲੇ ਕਾਲ ਆ ਰਹੀ ਆ, ਕਾਲ ਤੋਂ ਬਾਅਦ ਮੈਂ ਟੈਲੀਫੋਨ ਰਿਪੀਟ ਕਰ ਦੂੰਗਾ ਡਾਕਟਰ ਸਾਹਿਬ ਨਾਲ ਸਿੱਧੀ ਗੱਲ ਕਰ। ਟਾਈਮ ਨਹੀਂ ਤੁਹਾਡਾ ਟਾਈਮ ਨਹੀਂ ਮੈਂ ਜ਼ਿਆਦਾ ਲੈਣਾ ਚਾਹੁੰਦੀ, ਇਸੇ ਕਰਕੇ ਮੈਂ ਕਹਿੰਦੀ ਕਿ ਤੁਸੀਂ ਇੱਥੇ ਤੁਸੀਂ ਡਾਕਟਰ ਸਾਹਿਬ ਨਾਲ ਸਿੱਧੀ ਗੱਲ ਕਰ ਲਓ ਬੀਬੀ ਜੀ, ਡਾਕਟਰ ਸਾਹਿਬ ਨਾਲ ਸਿੱਧੀ ਗੱਲ ਕਰ ਲਓ, ਤੁਹਾਨੂੰ ਸਾਰਾ ਦੱਸਣਗੇ। ਥੈਂਕ ਯੂ ਬੀਬੀ। ਹਾਂਜੀ ਜੈ ਗੁਰਦੇਵ ਜੀ। ਜੈ ਗੁਰਦੇਵ ਹੈਲੋ ਹੈਲੋ ਜੈ ਗੁਰਦੇਵ ਜੈ ਗੁਰਦੇਵ। ਸੋ ਸਮਾਂ ਬਿਲਕੁਲ ਬਹੁਤ ਥੋੜ੍ਹਾ, ਮੈਂ ਬੇਨਤੀ ਕਰਨੀ ਚਾਹੁੰਦਾ ਜੇ ਕਿਸੇ ਨੇ ਕਾਲ ਕੀਤੀ ਸੀ ਡਰੋਪ ਹੋ ਗਈ ਆ, ਦੁਬਾਰਾ ਕਰਨ ਦੀ ਕੋਸ਼ਿਸ਼ ਕਰ, ਸਿਰਫ 3 ਮਿੰਟ 4 ਮਿੰਟ ਸਾਡੇ ਕੋਲ ਰਹਿੰਦੇ ਆ। ਇਹਦੇ ਦੌਰਾਨ ਮੈਂ ਇੱਕ ਬੇਨਤੀ ਕਰਦਿਆਂ, ਡਾਕਟਰ ਸਾਹਿਬ ਜੀ ਦੀ ਸਲਾਹ ਨੂੰ ਮੰਨਦਿਆਂ ਹੋਇਆਂ, ਉਹ ਤੁਹਾਡੇ ਲਈ ਵੀ ਬਹੁਤ ਵਧੀਆ ਸਲਾਹ, ਕਿ ਅਗਲੇ ਹਫ਼ਤੇ 30 ਤਰੀਕ ਆਉਣੀ ਆ, 30 ਤਰੀਕ ਨੂੰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ 2-3 ਮਿੰਟ ਦੀ ਜਿੰਨੀ ਵੀ ਇਹ ਆਪਣੀ ਬ੍ਰੇਕ ਉਹ ਦੇਵਾਂਗੇ। ਕਿਸੇ ਨੇ ਵੀ ਕਿਸੇ ਨੂੰ ਰੈਸਟ ਚਾਹੀਦੀ ਆ, ਜਾਂ ਕੋਈ ਸਲਾਹ ਮਸ਼ਵਰਾ ਕਰਨਾ ਹੋਵੇ, ਜਾਂ ਕੋਈ ਉਹਨਾਂ ਨੂੰ ਵਿੱਚ ਬੈਠਦਿਆਂ 1 ਘੰਟੇ ਦੇ ਵਿੱਚ ਬੈਠਿਆਂ ਕੋਈ ਆਪਣੀ ਤਕਲੀਫ ਮਹਿਸੂਸ ਕਰਨ, ਅਤੇ ਉਹਦੇ ਵਾਸਤੇ ਅਸੀਂ ਇੱਕ ਬ੍ਰੇਕ ਲਵਾਂਗੇ ਅਗਲੇ ਹਫ਼ਤੇ। ਉਹਦੇ ਬਾਰੇ ਅਸੀਂ ਪ੍ਰੋਗਰਾਮ ਅਗਲੇ ਹਫ਼ਤੇ ਤੋਂ ਸ਼ੁਰੂ ਹੋਏਗਾ। ਸੋ ਮੈਂ ਟੈਲੀਫੋਨ ਰਿਪੀਟ ਕਰਾਂਗਾ। ਹਾਂਜੀ ਜੈ ਗੁਰਦੇਵ ਜੀ। ਜੈ ਗੁਰਦੇਵ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਬੀਬੀ ਜੀ। ਕੌਣ ਬੋਲਦੇ ਬੀਬੀ ਜੀ? ਸਤਿ ਸ਼੍ਰੀ ਅਕਾਲ। ਮੈਂ ਮਹਿੰਦਰ ਕੋਲ ਬੋਲ ਰਹੀ ਹਾਂ, ਡਾਕਟਰ ਸਾਹਿਬ ਨੂੰ ਪਤਾ ਆ ਮੇਰਾ? ਕੀ ਨਾ ਜੀ? ਤੇ ਮੈਂ ਇਹ ਪੁੱਛਣਾ ਚਾਹੁੰਦੀ ਸੀਗੀ ਕਿ ਮੇਰੇ ਦੋਨੇ ਪੈਰ ਨਾ, ਲੈਫਟ ਪੈਰ ਦਾ ਥੋੜਾ ਜਿਹਾ ਘੱਟ ਹੈ, ਬਟ ਜਿਹੜਾ
ਰਾਈਟ ਪੈਰ ਹੈ ਨਾ ਉਹ ਥੋੜਾ ਕਾਲਾ ਹੋ ਗਿਆ ਹੋਇਆ, ਥੋੜੀ ਥੋੜੀ ਪੈਰਾਂ ਨੂੰ ਸੋਜ ਰਹਿੰਦੀ ਆ ਥੋੜੀ ਥੋੜੀ। ਮੈਂ ਡਾਕਟਰ ਸਾਹਿਬ ਦੀ ਮੈਂ ਗੋਦ ਦਵਾਈ ਕਰ ਰਹੀ ਹਾਂ ਜਿਹੜੀ ਉਹਨਾਂ ਨੂੰ ਭੇਜੀ ਆ, ਮੈਨੂੰ ਵੈਸੇ ਤੇ ਕਾਫੀ ਫਰਕ ਪੈ ਗਿਆ ਹੋਇਆ ਆ। ਹਾਂਜੀ ਡਾਕਟਰ ਸਾਹਿਬ, ਪੈਰਾਂ ਦੀ ਸੋਜ ਵਾਸਤੇ ਉਹਨਾਂ ਨੇ ਕਿਹਾ ਵੀ ਪੈਰ ਕਾਲਾ ਹੋਣਾ ਸ਼ੁਰੂ ਹੋ ਗਿਆ ਜੀ। ਜੀ ਮਹਿੰਦਰ ਕੌਰ ਸਾਹਿਬਾ ਦਾ ਨਾ ਕਿਡਨੀ ਫੰਕਸ਼ਨ ਥੋੜਾ ਜਿਹਾ ਵੀਕ ਹੈ ਔਰ ਅਸੀਂ ਸਪਲੀਮੈਂਟ ਇਹਨਾਂ ਨੂੰ ਦਿੱਤੇ ਨੇ, ਉਹ ਕਿਡਨੀ ਫੰਕਸ਼ਨ ਇੰਪਰੂਵ ਹੋਏਗਾ ਤੇ ਪੈਰਾਂ ਦਾ ਕਲਰ ਵੀ ਆਹਿਸਤਾ ਆਹਿਸਤਾ ਨਾਰਮਲ ਹੋ ਜਾਏਗਾ ਔਰ ਪੈਰਾਂ ਤੇ ਜਿਵੇਂ ਸੋਜ ਪੈਂਦੀ ਹੈ ਉਹ ਵੀ ਬਿਹਤਰ ਹੋ ਜਾਏਗੀ। ਮਹਿੰਦਰ ਸਾਹਿਬਾ ਤੁਸੀਂ ਬਿਹਤਰ ਇਹ ਹੈ ਕਿ ਮੇਰੇ ਨਾਲ ਗੱਲ ਕਰਨਾ, ਮੈਂ ਕੁਛ ਚੀਜ਼ਾਂ ਤੁਹਾਡੇ ਕੋਲੋਂ ਪੁੱਛਣੀਆਂ ਨੇ ਤੁਹਾਡੇ ਖਾਣ ਪੀਣ ਦੇ ਬਾਰੇ ਚ, ਫਿਰ ਫਰਦਰ ਤੁਹਾਨੂੰ ਗਾਈਡ ਕਰਾਂਗਾ, ਤੁਸੀਂ ਮੇਰੇ ਆਫਿਸ ਰਿੰਗ ਕਰ ਲੈਣਾ। ਅੱਛਾ, ਬਾਕੀ ਉਹ ਜਿਹੜੀ ਸਿਮਰਨ ਸਾਹਿਬਾ ਡਰਬੀ ਤੋਂ ਕਹਿ ਰਹੇ ਸੀ ਕਿ ਉਹਨਾਂ ਨੂੰ ਨਾ ਖੰਘ ਆ ਜਾਂਦੀ ਹੈ ਬਹੁਤ ਜ਼ਿਆਦਾ ਔਰ ਉਹਨਾਂ ਦੀ ਆਵਾਜ਼ ਵੀ ਬੈਠ ਜਾਂਦੀ ਹੈ। ਸਿਮਰਨ ਸਾਹਿਬਾ ਤੁਹਾਡਾ ਤੇ ਮਸਲਾ ਇਤਨਾ ਆਸਾਨ ਹੈ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਇਹ ਤੁਹਾਡੀ ਜਾਨ ਛੁੱਟ ਜਾਏਗੀ। ਬਾਕੀ ਜਿਹੜੇ ਤੁਹਾਨੂੰ ਲੋਅਰ ਬੈਕ ਵਿੱਚ ਐਪੀਡਿਊਰਲ ਇੰਜੈਕਸ਼ਨ ਲੱਗੇ ਨੇ ਔਰ ਪੈਰਾਂ 'ਚ ਦਰਦ ਹੁੰਦਾ ਹੈ, ਬਿਹਤਰ ਇਹ ਹੈ ਕਿ ਸ਼ੌਕੀ ਸਾਹਿਬ ਤੁਹਾਨੂੰ ਹੁਣ ਨੰਬਰ ਦੱਸ ਦੇਣਗੇ ਮੇਰਾ, ਮੇਰੇ ਨਾਲ ਪਲੀਜ਼ ਗੱਲ ਕਰਨਾ, ਮੈਂ ਤੁਹਾਨੂੰ ਗਾਈਡ ਕਰਾਂਗਾ ਇਸ ਸਾਰੀ ਚੀਜ਼ ਦੇ ਬਾਰੇ। ਸੋ ਪਿਆਰੇ ਦਰਸ਼ਕੋ, ਕਾਂਛੀ ਟੀਵੀ ਨੂੰ ਦੇਖਣ ਵਾਲਿਓ, ਡਾਕਟਰ ਸਾਹਿਬ ਤੋਂ ਜਿਨ੍ਹਾਂ ਨੂੰ ਵੀ ਦੁਆ ਲਈ ਆ ਸਾਰੇ ਅਗਵਾਈਆਂ ਦੇ ਰਹੇ ਨੇ ਵੀ ਸਾਨੂੰ ਆਰਾਮ ਤਕਰੀਬਨ ਆ ਰਿਹਾ, ਕਿਸੇ ਨੇ ਹਫ਼ਤੇ ਬਾਅਦ ਹੀ ਉਹਨਾਂ ਨੂੰ ਆਰਾਮ ਆਉਣਾ ਸ਼ੁਰੂ ਹੋ ਗਿਆ, ਕਿਸੇ ਨੂੰ ਤਿੰਨਾਂ ਦਿਨਾਂ 'ਚ ਆਉਣਾ ਸ਼ੁਰੂ ਹੋ ਗਿਆ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਫਰਿਆਦ ਕਰਦੇ ਅੱਲਾ ਅੱਗੇ ਕਿ ਸਾਰਿਆਂ ਨੂੰ ਇਵੇਂ ਹੀ ਤੰਦਰੁਸਤੀ ਮਿਲੇ ਤਾਂ ਕਿ ਅਸੀਂ ਤੰਦਰੁਸਤੀ ਜ਼ਿੰਦਗੀ ਨੂੰ ਬਤੀਤ ਕਰ ਸਕੀਏ। ਡਾਕਟਰ ਸਾਹਿਬ ਦਾ ਨੰਬਰ ਜੇ ਕਿਸੇ ਨੇ ਸਿੱਧੀ ਗੱਲ ਕਰਨੀ ਹੈ, 0208 7675 769, ਦੂਸਰਾ ਨੰਬਰ ਹੈਗਾ 0747 6005227। ਮੈਂ ਦੁਬਾਰਾ ਫਿਰ ਰਿਪੀਟ ਕਰਦਾ, ਬਹੁਤ ਸਾਰੇ ਲਿਖ ਰਹੇ ਨੇ, 0208 7675 769, ਦੂਸਰਾ ਨੰਬਰ ਜਿਹੜਾ ਵਟਸਐਪ ਦਾ ਹੈਗਾ 0747 6005227। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰੀ ਫਿਰ ਅੱਲਾ ਅੱਗੇ ਇਹੀ ਦੁਆ ਆ ਕਿ ਸਾਰੇ ਤੰਦਰੁਸਤ ਰਹਿਣ, ਜਿਵੇਂ ਜਿਵੇਂ ਡਾਕਟਰ ਜੀ ਤੁਹਾਨੂੰ ਸਲਾਹ ਮਸ਼ਵਰਾ ਦਿੰਦੇ ਨੇ, ਡਾਕਟਰ ਸਾਹਿਬ ਦੀ ਸਲਾਹ ਨੂੰ ਔਰ ਉਹਨਾਂ ਦੇ ਜੋ ਵੀ ਸਾਨੂੰ ਨਸੀਹਤ ਦਿੰਦੇ ਨੇ ਜਾਂ ਕੋਈ ਦਵਾਈ ਦਿੰਦੇ ਨੇ, ਉਹ ਪਰਹੇਜ਼ ਦੇ ਨਾਲ ਜੇ ਖਾਓਗੇ ਤਾਂ ਡਾਕਟਰ ਸਾਹਿਬ ਗਰੰਟੀ ਲੈਂਦੇ ਆ ਕਿ ਉਹਨਾਂ ਸਾਰਿਆਂ ਨੂੰ ਆਰਾਮ ਆਵੇਗਾ। ਅਗਲੇ ਹਫ਼ਤੇ ਤੁਹਾਨੂੰ ਫਿਰ ਅਸੀਂ ਮਿਲਾਂਗੇ, ਖੁਸ਼ ਰਹੋ, ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੈ ਅਸੀਂ ਪਰ ਉਪਕਾਰ ਵਾਸਤੇ ਕੀਤਾ ਹੈ, ਇਹਦਾ ਕਿਸੇ ਧਰਮ ਦੇ ਨਾਲ, ਮੈਂ ਪਹਿਲੇ ਵੀ ਗੱਲ ਕੀਤੀ ਹੈ, ਇਨਸਾਨੀਅਤ ਦਾ ਕੋਈ ਧਰਮ ਨਹੀਂ, ਮਾਨਵਤਾ ਦਾ ਕੋਈ ਧਰਮ ਨਹੀਂ, ਮੇਰੇ ਲਈ ਸਾਰੇ ਬਰਾਬਰ ਨੇ। ਜਿਹੜੇ ਵੀ ਫੋਨ ਇੱਥੇ ਕਰਦੇ ਨੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਔਰ ਕੰਛੀ ਟੀਵੀ ਦੇ ਪਰ ਉਪਕਾਰ ਦਾ ਫਾਇਦਾ ਲਈਏ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਨਮਸਕਾਰ।